ਵਾਹਿਗੁਰੂ 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 ਜੁੜੋ ਸਾਰੇ ਬੋਲੋ ਉੱਚੀ ਬੋਲੋ ਵਾਹਿਗੁਰੂ 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 ਖੁੱਲ ਕੇ ਖੁੱਲ ਕੇ ਅਜੇ ਵੀ ਘੱਟ ਆ ਧੀਓ ਆਵਾਜ਼ ਆ ਵਾਹਿਗੁਰੂ 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 ਦਇਆ ਹੋ ਗਈ ਖੁੱਲ ਕੇ ਖੁੱਲ ਕੇ ਖੁੱਲ ਕੇ ਸਾਰੀ ਐਨਰਜੀ ਲਾਓ ਬੋਲਾ ਵਾਹਿਗੁਰੂ 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 ਹਾਂ ਹਾਂ ਵਰ ਪਿਆ ਸਾਹਿਬ ਪਿੱਛੋਂ ਤੱਕ ਵੀਰੋ ਪਿੱਛੋਂ ਤੱਕ ਜਪੋ ਵਾਹਿਗੁਰੂ ਤੁਹਾਡੇ ਪਰਿਵਾਰਾਂ ਦਾ ਭਲਾ ਹੋਵੇ ਗੁਰੂ ਵਾਹਿਗੁਰੂ 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 ਜੀਓ ਜੀਓ ਸਾਰੇ ਬੋਲੋ ਗੁਰੂ ਵਾਹਿਗੁਰੂ 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 ਜੀ ਡੰਡਾਉਤ ਬੰਦਨ ਅਨਕਬਾਰ ਸਾਰੇ ਹੱਥ ਜੋੜੋ ਅਤੇ ਸਾਰੇ ਪੜ੍ਹੋ ਮੇਰੇ ਨਾਲ ਭੈਣੋ ਬੱਚੀਓ ਤੁਸੀਂ ਵੀ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਰੇ ਕਹੋ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ
ਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧੰਨ ਧੰਨ ਕਹੇ ਸਭ ਕੋਏ ਮੁਖ ਪੂਜਲ ਹਰ ਦਰਗੈ ਸੋਏ ਇਹ ਵਪਾਰ ਵਿਰਲਾ ਵਪਾਰੈ ਇਹ ਵਪਾਰ ਵਿਰਲਾ ਵਪਾਰੈ ਨਾਨਕ ਤਾਂ ਕਹਿ ਸਦ ਬਲਹਾਰੈ ਨਾਨਕ ਤਾਂ ਕਹਿ ਸਦ ਬਲਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਾ ਹੋਈ ਅਜਨਾਲੇ ਦੀ ਧਰਤੀ ਹੋਵੇ ਕਾਲਿਆਂ ਵਾਲੇ ਖੂਹ ਦੇ ਨਵਾਜੇ ਲੋਕ ਸ਼ਹੀਦਾਂ ਦੀ ਧਰਤੀ ਗੁਰੂ ਕੇ ਬਾਗ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਚਰਨ ਧੂੜ ਲੈਣ ਵਾਲੇ ਗੁਰੂ ਕੇ ਸਿੱਖੋ ਫਤਿਹ ਦੀ ਆਵਾਜ਼ ਨਹੀਂ ਆਈ ਉੱਚੀ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਪਾਓ ਤਰਲਾ ਹੱਥ ਜੋੜ ਕੇ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਹਿਰਦੇ ਚੋਂ ਮੰਗੋ ਖੈਰ ਦੀ ਜੈ ਬੰਦਗੀ ਖੈਰ ਦੀ ਜੈ ਬੰਦਗੀ ਖੈਰ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਾਂ ਪਾਉਂ ਤਰ ਲੱਭਲਾ ਖੈਰ ਦੀ ਜੈ ਬੰਦਗੀ ਖੈਰ ਦੀ ਜੈ ਬੰਦਗੀ ਖੈਰ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਇੱਥੇ ਸੱਕੀ ਦੇ ਕੰਢੇ ਦੇ ਕੱਚੇ ਪੁੱਠੇ ਹੁੰਦੇ ਸੀ ਆਖੋ ਵਾਹਿਗੁਰੂ ਉੱਚੀ ਬੋਲਿਆ ਕਰੋ ਤੀਓ ਤੁਸੀਂ ਖੁਸ਼ੀਆਂ ਲਓ ਰੱਬ ਦੀਆਂ ਇੱਕ ਵਾਰ ਵਾਹਿਗੁਰੂ ਕਹਿਣ ਨਾਲ ਗੁਰਬਾਣੀ 'ਚ ਲਿਖਿਆ ਅਨੰਤ ਅਨੰਤ ਪਾਪ ਟਲਦੇ ਨੇ ਜਿਨ ਨਰ ਨਾਮ ਤੁਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਇਹ ਨਾਮ ਦੀਆਂ ਬਰਕਤਾਂ ਨੇ ਜਿਹੜਾ ਅਸੀਂ ਜਪਣਾ ਛੱਡਤਾ ਇਹ ਨਾਮ ਦੀਆਂ ਬਰਕਤਾਂ ਨੇ ਜਿਹੜਾ ਅਸੀਂ ਜਪਣਾ ਛੱਡਤਾ ਧਾਗੇ ਵੇ ਤਵੀਤ ਵਹਿਮ ਮੜੀਆਂ ਕਬਰਾਂ ਪਿੱਪਲ ਇਹ ਪੂਜਣੇ ਸ਼ੁਰੂ ਕਰ ਭਾਗਾਂ ਵਾਲਿਆ ਤੇਰੀ ਝੋਲੀ 'ਚ ਗੁਰੂ ਨੇ ਇੱਕ ਬਚਨ ਪਾਇਆ ਆਖੋ ਵਾਹਿਗੁਰੂ ਪ੍ਰਾਣੀ ਇੱਕੋ ਨਾਮ 'ਤੇ ਆਓ ਮੜੀਆਂ 'ਤੇ ਮੱਥੇ ਨਾ ਟੇਕੋ ਕਬਰਾਂ 'ਤੇ ਮੱਥੇ ਨਾ ਟੇਕੋ ਰੱਬ ਦੇ ਬੰਦੇ ਹੋ ਰੱਬ ਦੀ ਇਬਾਦਤ ਕਰੋ ਤੁਸੀਂ ਪਿੱਪਲ ਦੇ ਬੰਦੇ ਨਹੀਂ ਤੁਸੀਂ ਮੜੀ ਦੇ ਬੰਦੇ ਨਹੀਂ ਤੁਸੀਂ ਰੱਬ ਦੇ ਬੰਦੇ ਹੋ ਆਖੋ ਵਾਹਿਗੁਰੂ ਅਤੇ ਰੱਬ ਦੇ ਬੰਦੇ ਹੋ ਰੱਬ ਦਾ ਨਾਮ ਜਪੋ ਵਾਹਿਗੁਰੂ 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 ਖੁੱਲ੍ਹ ਕੇ ਜਰਾ ਖੁੱਲ੍ਹ ਕੇ
ਵਾਹਿਗੁਰੂ 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 ਵਾਹਿਗੁਰੂ। ਹਰ ਇੱਕ ਧੀ ਮੇਰੀ ਬੋਲੇ ਵਾਹਿਗੁਰੂ ਬੋਲੇ, ਵੇਖੋ ਤੁਹਾਡੇ ਘਰਾਂ ਚ ਦੁੱਖ ਭੱਜਦੇ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿਗੁਰੂ। ਕੋਈ ਵਾਂਝਾ ਨਾ ਰਹੇ ਜੇ, ਸਾਰੇ ਬੋਲੋ ਓ ਪਿੱਛੇ ਬੀਬੀ, ਓ ਤੁਸੀਂ ਵੀ ਜਪੋ, ਭੈਣੋ ਜਪੋ, ਤੁਸੀਂ ਵੀ ਇੱਧਰ ਉੱਧਰ ਨਾ ਵੇਖੋ, ਮੇਰੀਆਂ ਧੀਆਂ ਜਪੋ। ਵਾਹਿਗੁਰੂ 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 ਵਚਨ ਕੀਤਾ ਵੀ ਜਿਨ ਨਰ ਬੋਲੋ ਹਾਂ, ਜਿਨ ਨਰਮਣੇ ਆਦਮੀ, ਜਿਹੜੇ ਬੰਦੇ ਨੇ, ਜਿਹੜੀ ਬੀਬੀ ਨੇ, ਨਾਮ ਤੁਹਾਰੋ ਕਹਾ, ਬੋਲੋ ਨਾਮ ਤੁਹਾਰੋ ਕਹਾ, ਅਰਥ ਕਰ ਲਾਂਗੇ ਆਪਾਂ, ਕਰ ਲਾਂਗੇ। ਜਿਹੜੇ ਬੰਦੇ ਨੇ ਇਹ ਵਾਹਿਗੁਰੂ ਤੇਰਾ ਨਾਮ ਆਪਣੀ ਰਸਨਾ ਤੋਂ ਕਿਹਾ, ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸੀ ਵੀ ਤਿੰਨ ਚੀਜ਼ਾਂ ਉਹਦੇ ਘਰੋਂ ਖੰਭ ਲਾ ਕੇ ਉੱਡ ਜਾਂਦੀਆਂ, ਕਿਹੜੀ ਕਿਹੜੀ? ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਦਾ, ਗੁਰੂ ਦੇ ਸਿੱਖੋ ਭਰੋਸਾ ਕਰੋ, ਉਹਦੇ ਘਰ ਗਰੀਬੀ ਨਹੀਂ ਜੇ ਰਹਿੰਦੀ। ਕੀ ਗਰੀਬੀ? ਉੱਚੀ ਬੋਲੋ, ਗਰੀਬੀ ਨਹੀਂ। ਸਾਰੇ ਹੀ ਪਿਸ ਰਹੇ ਹੋ, ਸਾਰਿਆਂ ਦੇ ਸਿਰ 'ਤੇ ਕਰਜ਼ੇ ਨੇ। ਅੱਖ ਵਾਹਿਗੁਰੂ, ਜਦੋਂ ਏਡਾ ਵੱਡਾ ਮਹਾਤਮਾ ਕਹਿੰਦਾ ਹੈ ਬਾਬਾ ਕਰਤਾਰ ਸਿੰਘ ਸਾਹਿਬ ਗੁਰੂ ਦੀ ਬਾਣੀ 'ਚੋਂ ਆਸਰਾ ਲੈ ਕੇ ਵੀ ਜਿਹੜੇ ਜਿਹੜੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਜਪਦੇ ਉਹਨਾਂ ਦੇ ਘਰੋਂ ਖੰਭ ਲਾ ਕੇ ਇੱਕ ਚੀਜ਼ ਉੱਡ ਜਾਂਦੀ, ਗਰੀਬੀ। ਜਪ ਕੇ ਵੇਖ ਲਓ, ਅੱਖ ਵਾਹਿਗੁਰੂ ਕੀ ਕਿਹਾ, ਜਪ ਕੇ ਵੇਖ ਲਓ। ਜੇ ਥੋੜ੍ਹਾ ਜਿਹਾ ਭੁਲੇਖਾ ਹੀ ਕਿਤੇ ਮਨ ਵਿੱਚ ਵੀ ਨਹੀਂ ਹੁੰਦਾ ਹੋਣਾ, ਜਪ ਕੇ ਵੇਖ ਲਓ। ਦੁਸ਼ਟ ਪਹਿਲੋਂ ਦਰਦ, ਦਰਦ ਬਣੇ ਗਰੀਬੀ। ਇੱਕ ਵਾਰ ਬੋਲੋ ਦਰਦ ਬਣੇ। ਜਦੋਂ ਰੋਜ਼ ਤੁਸੀਂ ਰਹਿ ਰਸ ਦੀ ਬਾਣੀ ਪੜ੍ਹਦੇ ਹੋ ਅਤੇ ਚੌਪੀ ਸਾਹਿਬ ਪੜ੍ਹਦੇ ਹੋ, ਜਿਨ ਨਰ ਨਾਮ ਤੁਹਾਰੋ ਕਹਾ, ਦਰਦ ਦੁਸ਼ਟ, ਦੁਸ਼ਟ ਬਣੇ ਜਿਹੜੇ ਅੰਦਰ ਦੇ ਵਿਕਾਰ ਨੇ, ਨਾਮ ਜਪਣ ਵਾਲੇ ਦੇ ਵਿਕਾਰ ਗਲੋਂ ਲੱਥ ਜਾਂਦੇ ਹੈ। ਦੋਖ ਬਿਮਾਰੀਆਂ, ਜਿਨ੍ਹਾਂ ਲਈ ਇਨਸਾਨ ਹਸਪਤਾਲ ਦੇ ਬੂਹੇ ਅੱਗੇ ਜਾ ਕੇ ਸਾਰਾ ਸਾਰਾ ਦਿਨ ਗੰਦੀ ਸਮੈਲ ਝੱਲਦਾ ਹੈ, ਦਵਾਈਆਂ ਦੇ ਫੱਕੇ ਖਾਂਦਾ ਹੈ, ਇਹ ਬਿਮਾਰੀਆਂ ਵੀ ਉਹਨਾਂ ਦੇ ਗਲੋਂ ਲੱਥ ਜਾਂਦੀਆਂ, ਜਿਹੜੀਆਂ ਰੂਹਾਂ ਅੰਮ੍ਰਿਤ ਵੇਲੇ ਉੱਠਦੀਆਂ, ਜਿਹੜੀਆਂ ਆਪਣੇ ਗੁਰੂ 'ਤੇ ਭਰੋਸਾ ਕਰਦੀਆਂ। ਮੇਰੇ ਗੁਰੂ ਨੇ ਕਿਹਾ ਸੀ ਗੁਰ ਸਤਿਗੁਰ ਕਾਜੋ, ਸਾਰੇ ਬੋਲਿਆ ਕਰੋ, ਗੁਰ ਸਤਿਗੁਰ ਕਾਜੋ ਕੀ ਕਰੇ। ਸੋ ਭੜਕੇ ਉੱਠ, ਹਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਬਹਿੰਦਿਆਂ ਉੱਠਦਿਆਂ
ਹਰ ਨਾਮ ਧਿਆਵੇ। ਹੁਣ ਸਾਰੀਆਂ ਗੱਲਾਂ ਛੱਡਤੀਆਂ, ਨਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ, ਨਾ ਅੰਮ੍ਰਿਤ ਸਰੋਵਰ ਸਤਸੰਗਤ ਵਿੱਚ ਜਾ ਕੇ ਸਤਸੰਗਤ 'ਚ ਬਹਿ ਕੇ ਗੁਰਬਾਣੀ ਦੇ ਪ੍ਰੀਤ ਸੁਣਦਾ, ਨਾ ਗੁਰਬਾਣੀ ਸੁਣਦਾ ਹੈ, ਨਾ ਗੁਰਬਾਣੀ ਗਾਉਂਦਾ ਹੈ ਗੁਰੂ ਕਿਆ ਸਿੱਖਾ। ਫਿਰ ਤੇਰਾ ਹਾਲ ਵੇਖ, ਮੈਂ ਤੇ ਤੇਰੇ ਤੋਂ ਅਣਜਾਣ ਨਹੀਂ, ਮੇਰਾ ਤਾਂ ਆਪਣਾ ਇਲਾਕਾ ਇਹ ਆਖੋ ਵਾਹਿਗੁਰੂ, ਮੈਨੂੰ ਪਤਾ ਹੈ ਆਪਾਂ ਕਿੰਨੇ ਕੁ ਸੁਖੀ ਹਾਂ। ਐਵੇਂ ਕੋਠੀ ਬਣਾਉਣ ਨਾਲ ਕੋਈ ਵੱਡਾ ਬੰਦਾ ਸੁਖੀ ਨਹੀਂ ਹੋ ਜਾਂਦਾ। ਆਖੋ ਵਾਹਿਗੁਰੂ। ਬਸੰਤ ਸਵਰਗ ਲੋਕੇ, ਇਹ ਤੇ ਅਜਨਾਲੇ ਕੋਠੀਆਂ ਪਾਈਆਂ ਨਾ, ਸੱਕੀਆਂ ਦੇ ਕੰਢੇ ਤੇ ਪਾਈਆਂ, ਖੇਤਾਂ 'ਚ ਪਾਈਆਂ। ਮੇਰਾ ਗੁਰੂ ਕਹਿੰਦਾ ਤੂੰ ਸਵਰਗ ਵਿੱਚ ਕੋਠੀ ਪਾਗਾ। ਬਸੰਤ ਸਵਰਗ ਲੋਕੇ ਜਿੱਤ ਤੇ ਪ੍ਰਿਥਵੀ ਨਮ ਖੰਡਣੇ, ਬਰਸੰਤ ਬਿਸਰੰਤ ਹਰ ਹਰ ਗੋਪਾਲੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ। ਇਤਰਾਂ ਵਾ ਜਿਹੜੇ ਕੋਠੀਆਂ ਪਾ ਕੇ ਬੈਠੇ ਨੇ, ਸੁਰਤ ਤੇ ਉਹਨਾਂ ਦੀ ਜੰਗਲਾਂ 'ਚ ਹੀ ਹੈ ਨਾ, ਸੁਰਤ ਤੇ ਉਹਨਾਂ ਦੀ ਭਟਕੀ ਰਹੀ ਨਾ, ਜਿਤਨਾ ਇੱਕ ਬੰਦਾ ਜੰਗਲ 'ਚ ਭਟਕਿਆ ਹੁੰਦਾ ਸੁਰਤ ਕਰਕੇ ਤੇ ਭਟਕੀ ਰਹੇ ਨੇ। ਐਸਾ ਥੋੜ੍ਹਾ ਵੀ ਦੁੱਖ ਨੇ ਵੇਖਣਾ ਵੀ ਹੁਣ ਤੇ ਵੇਖੋ ਜੀ ਸੀਮਟ ਤੇ ਸੰਗੇ ਮਰਮਰ ਵਾਲੀ ਕੋਠੀ ਹੁਣ ਮੈਂ ਵੜ ਨਹੀਂ ਸਕਦਾ। ਆਖ ਵਾਹਿਗੁਰੂ। ਜਿੱਦਣ ਸਾਡੇ ਕੱਚੇ ਕੋਠੇ ਸੀ, ਸਾਡੇ ਘਰ ਦੁੱਖ ਆਉਣ ਤੋਂ ਡਰਦੇ ਸੀ। ਹਾਜ਼ਰ ਰਹੋ ਗੁਰੂ ਕੇ ਸਿੱਖੋ। ਜਿੱਦਣ ਸਾਡੇ ਕੱਚੇ ਕੋਠੇ ਸੀ, ਮਿੱਟੀ ਦੇ ਕੋਠੇ ਸੀ, ਮੈਂ ਵੇਖੇ ਨੇ ਆਪ। ਆਖ ਵਾਹਿਗੁਰੂ। ਉਦਣ ਦੁੱਖ ਸਾਡੇ ਘਰ ਆਉਣੋ, ਬੋਲੋ, ਡਰਦੇ ਸੀ ਵੀ ਇੱਥੇ ਕੋਈ ਸਵੇਰੇ ਉੱਠਿਆ ਹੈ, ਇੱਥੇ ਕੋਈ ਸਵੇਰੇ ਉੱਠ ਕੇ ਰੱਬ ਦੀ ਇਬਾਦਤ ਕਰਦਾ ਹੈ, ਇਸ ਘਰ 'ਚ ਵਿੱਚ ਮੈਂ ਨਹੀਂ ਜਾਣਾ। ਨਸ ਵੰਜੋ ਕਿਲ ਵਖੋ, ਕਰਤਾ ਘਰ ਆਇਆ, ਦੂਤੇ ਦਹਿਣ ਪਿਆ, ਗੋਬਿੰਦ ਪ੍ਰਗਟਾਇਆ। ਉੱਥੋਂ ਦੂਤ ਥਰ ਥਰ ਕੇ ਕੰਬਦੇ ਸੀ, ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ, ਭੱਜ ਜਾਂਦੇ ਸੀ ਉਹਨਾਂ ਘਰਾਂ ਤੋਂ। ਤੱਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੋ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਜਿਸ ਮੇਰੀ ਧੀ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲਿਆ, ਜਿਸ ਮੇਰੇ ਵੀਰ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲਿਆ, ਗੁਰੂ ਨਾਨਕ ਸਾਹਿਬ ਨੇ ਉਹਦੇ ਘਰ ਦੇ ਉੱਤੇ ਚੌਗਿਰਦ ਹਮਾਰੇ ਕਾਰ ਮਣੇ ਉਹਦੀ ਲੀਕ ਚੇਤੇ ਰੱਖਿਓ ਧੀਓ, ਕੀ ਹੁੰਦੀ ਉਸ ਘਰ ਜਿੱਥੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ, ਉਹਦੇ ਦੁਆਲੇ ਮੇਰਾ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ ਲੀਕ ਮਾਰ ਦਿੰਦਾ ਹੈ ਅਤੇ ਦੁੱਖਾਂ ਕਲੇਸ਼ਾਂ ਨੂੰ ਕਹਿ ਦਿੰਦਾ ਇਸ ਘਰ 'ਚ ਨਾ ਵੜਿਓ, ਇੱਥੇ ਉੱਠ ਕੇ ਕਿਸੇ ਨੇ ਜਪਜੀ ਸਾਹਿਬ ਪੜਿਆ। ਜੇ ਹੁਣ ਤੁਸੀਂ ਛੱਡ ਆ ਗਏ ਹੋ, ਅਜਨੀਆਂ ਮੇਰੀਆਂ ਧੀਆਂ ਨੇ, ਆਖ ਵਾਹਿਗੁਰੂ। ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਸਨਮੁਖ ਸਮਝ ਕੇ, ਮੇਰਿਓ ਵੀਰੋ ਗੁਰਸਿੱਖੋ ਤੁਸੀਂ ਵੀ ਇੱਕ ਵਾਰ ਸਾਹਮਣੇ ਖਿਲਾਰ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਅਤੇ ਸੱਚ ਦੱਸੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਪੁੱਛਣ, ਗੁਰੂ ਕਿਆ ਸਿੱਖਾ ਪੰਜ ਬਾਣੀਆਂ ਪੜ੍ਹਦਾ ਹੈ, ਕੀ ਜਵਾਬ ਦੇ, ਬੋਲੋ ਧੀਓ ਦੱਸੋ। ਇਕੱਲੀਆਂ ਸੋਨੇ ਦੀਆਂ ਚੂੜੀਆਂ ਪਾਉਣ ਨਾਲ ਸੁੱਖ ਥੋੜ੍ਹੇ ਮਿਲਦੇ ਨੇ, ਇਕੱਲੇ ਕੰਨਾਂ ਦੇ ਵਿੱਚ ਕਾਂਟੇ ਪਾਉਣ ਨਾਲ ਸੁੱਖ ਥੋੜ੍ਹੇ ਮਿਲਦੇ ਆ। ਆਖ ਵਾਹਿਗੁਰੂ। ਕੱਚੇ ਇਕੱਲੀਆਂ ਕਰੀਮਾਂ ਮਲਣ ਨਾਲ, ਇਕੱਲੇ ਸੋਨੇ ਦੇ ਕੜੇ ਪਾਉਣ ਨਾਲ, ਇਕੱਲੇ ਪੱਥਰ ਦੇ ਘਰ ਬਣਾਉਣ ਨਾਲ ਸੁੱਖ ਨਹੀਂ ਮਿਲਦੇ, ਸੁੱਖ ਮਿਲਦੇ ਨੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਇਹਦੀ ਸ਼ਰਨ ਵਿੱਚ ਆਓ, ਮੇਰੇ ਹੱਥ ਜੋੜੇ, ਇਹ ਮੇਰਾ ਇਲਾਕਾ ਹੈ, ਗੁਰੂ ਨਾਨਕ ਸਾਹਿਬ ਦੀ ਪਾਵਨ ਧਰਤੀ ਹੈ, ਇਸ ਧਰਤੀ 'ਤੇ ਮੇਰੇ ਬਾਬੇ ਨੇ ਡੇਰਾ, ਬਾਬਾ ਨਾਨਕ ਆਪ ਕਿੰਨੇ ਸਾਲ ਰਹਿ ਕੇ ਹਲ ਚਲਾਏ ਨੇ ਉਸ ਧਰਤੀ 'ਤੇ। ਇਹ ਧਰਤੀ ਗੁਰੂ ਅਰਜਨ ਦੇਵ ਸਾਹਿਬ ਦੀ ਹੈ, ਕਬਰਾਂ ਦੀ ਕਿਤਰਾਂ ਬਣ ਗਈ, ਇਹ ਧਾਗਿਆਂ ਦੀ ਕਿਤਰਾਂ ਬਣ ਗਈ, ਇਹ ਜੰਡਾਂ ਨੂੰ ਬੰਨਣ ਵਾਲੇ ਟਾਕੀਆਂ ਵਾਲੇ ਕਿੱਥੋਂ ਆ ਗਏ ਲੋਕੀ। ਇੱਥੇ ਤਾਂ ਕੋਈ ਜਪਦਾ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪੋ ਜੀ ਜਪੋ, ਆਪਣੇ ਘਰ ਆਓ,
ਵਾਹਿਗੁਰੂ 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 ਖਾਲੀ ਹੌਲੀ ਹੋ ਗਵਾਚੇ ਹੋ ਕਿਤੇ ਜੁੜੋ ਨਾ ਵਾਹਿਗੁਰੂ 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 ਹਾਂ ਗਰੰਟੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਤੁਹਾਡੇ ਚੌਂਕੀਦਾਰ ਕਹਿੰਦਾ ਕੋਈ ਦੁੱਖ ਨਹੀਂ ਆਊ ਘਰ ਚ ਵਾਹਿਗੁਰੂ 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 ਰੋਜ਼ ਦਾ ਕੰਮ ਬਣਾਉਣਾ ਹੈ ਵਾਹਿਗੁਰੂ 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 ਹੋ ਗਈ ਕਿਰਪਾ ਹੋ ਗਈ ਕਿਰਪਾ ਹੋ ਗਈ ਜਿਹੜੇ ਕੰਮ ਨੂੰ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਭੇਜਿਆ ਅਨੰਦਪੁਰ ਸਾਹਿਬ ਤੋਂ ਕਿਰਪਾ ਹੋ ਗਈ ਵਾਹਿਗੁਰੂ 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 ਵਾਹਿ ਲਿਖਿਆ ਵਾਲੀ ਗੱਲ ਹੀ ਕੋਈ ਨੀ ਮੂੰਹ ਹੀ ਲਾਉਣਾ ਹੈ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਪੜ੍ਹੋ ਨਾ ਜੈ ਤਨ ਬਾਣੀ ਵਿਸਰ ਗਈ ਮਤਲਬ ਭੁੱਲ ਗਈ ਭੁੱਲ ਗਈ ਅਤੇ ਕਿੰਨਿਆਂ ਕੁ ਨੂੰ ਚੇਤੇ ਆ ਫਿਰ ਬੋਲੋ ਨਾ ਗੁਰੂ ਕੇ ਸਿੱਖੋ ਆਪਾਂ ਪਰਿਵਾਰ ਬੈਠੇ ਨਾ ਆਪਣਾ ਇੱਕ ਵਾਰ ਦੱਸੋ ਤੁਹਾਡੇ ਨੌਲੇਜ ਵਿੱਚ ਤੁਹਾਡੇ ਚਾਰ ਚੁਫੇਰੇ ਜਿੱਥੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਜਿੱਥੋਂ ਜਿੱਥੋਂ ਤੱਕ ਤੁਸੀਂ ਸੁਰਤ ਕਰਕੇ ਵੇਖ ਸਕਦੇ ਹੋ ਵੇਖੋ ਤੁਹਾਡੇ ਦੋਸਤਾਂ ਦੇ ਘਰ 'ਚ ਕਿੰਨਾ ਨਿਤਨੇਮ ਆ ਲੜਕੇ ਦੇ ਲਾਇਆ ਸੀ ਅਕਾਲੀ ਦਲ ਦੇ ਬੋਲਦੇ ਨਹੀਂ ਕਾਂਗਰਸ ਦੇ ਕਿ ਗੁਰੂ ਦੇ ਗੁਰੂ ਕੌਣ ਆ ਗੁਰਬਾਣੀ ਗੁਰੂ ਕੌਣ ਆ ਅਤੇ ਜਿਹਦਾ ਪੱਲਾ ਫੜਾਇਆ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਮੈਂ ਸਰੀਰ ਕਰਕੇ ਚੱਲਿਆ ਵਾਂ ਹਜ਼ੂਰ ਸਾਹਿਬ ਅਤੇ ਕਿਹਾ ਅੱਜ ਤੋਂ ਤੁਹਾਡੀ ਅਗਵਾਈ ਦੁੱਖ ਸੁੱਖ ਵਿੱਚ ਤੁਹਾਡੀ ਬਾਂਹ ਗੁਰੂ ਗ੍ਰੰਥ ਸਾਹਿਬ ਜੀ ਫੜਨਗੇ ਇਹੋ ਹੀ ਸੀ ਤੇਰੇ ਬਾਂਹ ਛੱਡਤੀ ਜੇ ਆਖੋ ਵਾਹਿਗੁਰੂ ਇੱਕ ਬੱਚਾ ਆਪਣੇ ਪਿਓ ਨਾਲ ਮੇਲੇ 'ਚ ਗਿਆ ਚੌਂਕੜਾ ਮਾਰ ਪੁੱਤ ਚੌਂਕੜਾ ਮਾਰੋ ਚੌਂਕੜਾ ਉਹ ਬੀਬੀ ਭੈਣ ਪਿੱਛੇ ਬੈਠੀ ਤੈਨੂੰ ਕਿਹਾ ਤੈਨੂੰ ਲਾਲ ਚੁੰਨੀ ਵਾਲੀ ਇਸ ਤਰ੍ਹਾਂ ਬੈਠੋ ਆਖੋ ਵਾਹਿਗੁਰੂ ਮੇਲਾ ਵੇਖਣ ਗਿਆ ਇੱਕ ਨਿੱਕਾ ਜਿਹਾ ਬੱਚਾ ਆਪਣੇ ਬਾਪ ਨਾਲ ਅਤੇ ਮੇਲਾ ਇੰਨਾ ਸੋਹਣਾ ਸੀ ਮੇਲੇ 'ਚ ਬੜੇ ਡੁਗਡੁਗੀ ਵਜਾਉਣ ਵਾਲੇ ਬੈਠੇ ਸੀ ਮੇਲੇ 'ਚ ਬੜੇ ਚੌਕਲੇਟ ਵੇਚਣ ਵਾਲੇ ਸੀ ਮੇਲੇ 'ਚ ਬੜੇ ਗੋਲ ਗੱਪੇ ਵੇਚਣ ਵਾਲੇ ਮਠਿਆਈਆਂ ਵੇਚਣ ਮੇਲਾ ਵਹਿੰਦਾ ਵਹਿੰਦਾ ਇਹਨਾਂ ਚੀਜ਼ਾਂ ਬਹੁਤੀਆਂ ਵੱਲ ਵਹਿੰਦਾ ਵਹਿੰਦਾ ਆਪਣੇ ਬਾਪ ਦੀ ਸ਼ੁਕਰ ਆਖੋ ਵੇਖ ਲਓ ਜੇ ਸਮਝਦਾਰ ਹਾਂ ਤਾਂ ਫਿਰ ਨਹੀਂ ਆਉਣਾ ਚਾਹੀਦਾ ਹੁਣ ਛੋਟਾ ਜਿਹਾ ਬੱਚਾ ਮੂੰਹ ਚੁੱਕੀ ਫਿਰਦਾ ਹੈ ਅਤੇ ਗਵਾਚਾ ਬੱਚਾ ਰੋਂਦਾ ਵੀ ਆ ਕਿਸੇ ਠੱਗ ਦੇ ਹੱਥੀਂ ਡੜ ਗਿਆ ਅਤੇ ਠੱਗ ਨੇ ਬਾਂਹ ਫੜ ਕੇ ਆਖਿਆ ਚੁੱਪ ਹੋ ਜਾ ਮੈਂ ਤੇਰੇ ਬਾਪੂ ਨੂੰ ਬੁਲਾਉਣਾ ਤੈਨੂੰ ਬਾਪੂ ਨੂੰ ਮਿਲਾਉਣ ਦੀ ਜਗ੍ਹਾ 'ਤੇ ਉਹਨੂੰ ਮੋਢਿਆਂ 'ਤੇ ਚੁੱਕ ਕੇ ਆਪਣੇ ਘਰ ਨੂੰ ਲੈ ਗਿਆ ਅਤੇ ਤੁਹਾਡੇ ਚਾਰ ਚੁਫੇਰੇ ਨੇ ਉਹ ਲੋਕ ਪਕੜ ਰਹੇ ਹੋ ਗੁਰੂ ਕੇ ਸਿੱਖੋ
ਚਾਰ ਚਪੇਰੇ ਚੱਪੇ 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 ਅਤੇ ਇਹਨਾਂ ਦੇ ਅਸਥਾਨ ਬਣੇ ਜਿਹੜੇ ਤੁਹਾਡੇ ਬਾਪੂ ਦੀ ਬਾਂਹ ਛੁੱਟਣ 'ਤੇ ਤੁਹਾਨੂੰ ਫੜਨ ਨੂੰ ਬੈਠੇ। ਗੁਰਦੁਆਰਿਆਂ ਦੇ ਕੋਲ ਕਿਤੇ ਕਿੱਲਾ ਜਗ੍ਹਾ ਨਹੀਂ, ਇਹਨਾਂ ਨੂੰ 50-50 ਕਿੱਲੇ ਜਗ੍ਹਾ ਦਿੱਤੀਆਂ ਨੇ ਸਰਕਾਰਾਂ ਨੇ ਵੀ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਂਹ ਛੱਡ ਕੇ ਤੁਰੇ ਫਿਰਨ ਉਹਨਾਂ ਨੂੰ ਤੁਸੀਂ ਫੜ ਲਿਆਇਓ। ਪਤਾ ਲੱਗ ਰਿਹਾ ਕਿ ਨਹੀਂ ਜੀ? ਉਹਨਾਂ ਨੂੰ ਕੌਣ ਨੇ ਭਲਾ? ਡੇਰੇਦਾਰ ਬੋਲੋ, ਡੇਰਿਆਂ ਵਾਲੇ ਜਿੰਨੇ ਲੋਕ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਂਹ ਜਿੱਦਣ ਦੀ ਅਸੀਂ ਛੱਡੇ ਸਾਡੇ ਪਿੱਛੇ ਲੱਗ ਗਏ। ਆ ਮਹਾਂਪੁਰਸ਼ ਬੈਠੇ ਨੇ, ਆਖੋ ਵਾਹਿਗੁਰੂ। ਬਾਬਾ ਹਰਭਜਨ ਸਿੰਘ ਸਾਹਿਬ ਜੀ ਇਹਨਾਂ ਸਾਨੂੰ ਹੁਕਮ ਕੀਤਾ, ਪਰਮਜੀਤ ਸਿੰਘ ਆ ਭੈਣ ਇੱਧਰ ਧਿਆਨ ਨਾ ਸੁਣ, ਇਹਨਾਂ ਸਾਨੂੰ ਹੁਕਮ ਕੀਤਾ ਵੀ ਵਿਸਾਖੀ ਜਿਹੜੀ ਹੈ ਨਾ, ਵਿਸਾਖੀ ਵਿਸਾਖੀ ਦਾ ਪੰਥ ਨਾਲ ਸੰਬੰਧ ਆ ਅਨੰਦਪੁਰ ਸਾਹਿਬ ਤੋਂ, ਲੱਕ ਸਿੱਧਾ ਰੱਖੋ ਅਤੇ ਮੈਨੂੰ ਦੱਸੋ ਕਿੱਥੋਂ ਪਹਿਲੀ ਵਾਰ ਬਾਟਾ ਕਿੱਥੇ ਤਿਆਰ ਹੋਇਆ, ਮਗਰੋਂ ਵਿਸਾਖੀ ਕਿੱਤਰਾਂ ਚਲੇਗੀ ਸਾਬੂ ਕੀ ਤਲਵੰਡੀ, ਕੋਈ ਥੋੜ੍ਹਾ ਜਿਹਾ ਸੋਚੋਗੇ? ਵੇਖੇ ਇਕੱਲਾ ਸਿਰ ਨਾ ਹਲਾਇਓ ਵੀ ਇਤਰਾਂ ਇਤਰਾਂ ਕਰ ਲਓ ਅਤੇ ਮੈਂ ਆਖਾਂ ਤੁਹਾਨੂੰ ਪਤਾ ਲੱਗ ਗਿਆ, ਮੈਂ ਚਾਹੁੰਦਾ ਤੁਹਾਡੀ ਚੇਤਨਤਾ 'ਚ ਵਜਨ ਜਾਵੇ। ਆਖੋ ਵਾਹਿਗੁਰੂ ਇੱਥੋਂ ਅਨੰਦ ਫੋਨ ਨਾ ਸੁਣੋ ਵੀਰ, ਇੱਥੋਂ ਵਿਸਾਖੀ ਤੇਰੇ ਪੁੱਤ ਪਤਾ ਲੱਗ ਰਿਹਾ, ਇੱਥੋਂ ਵਿਸਾਖੀ ਚੁੱਕ ਕੇ ਅਨੰਦਪੁਰ ਸਾਹਿਬ ਤੋਂ ਭੈਣ ਤੋਂ ਤਾਂ ਪੜ੍ਹੀ ਲਿਖੀ ਸਭ ਕੀ ਤਲਵੰਡੀ ਕਿੱਤਰਾਂ ਚਲੇਗੀ, ਇਤਰਾਂ ਦੀ ਕੋਸ਼ਿਸ਼ ਤਾਂ ਨਹੀਂ ਵੀ ਸਭੋ ਕੀ ਤਲਵੰਡੀ ਵਿਸਾਖੀ ਮਨਾਓ, ਉੱਥੇ ਅਕਾਲੀਏ ਕਾਂਗਰਸੀਆਂ ਨੂੰ ਗਾਲਾਂ ਕੱਢਣ ਅਤੇ ਕਾਂਗਰਸੀਏ ਉੱਚੀ ਬੋਲਿਆ ਕਰੋ। ਕੋਈ ਗੱਲ ਨਹੀਂ, ਤੁਸੀਂ ਕਾਲੀ ਹੋਵੋ, ਮੈਨੂੰ ਕੋਈ ਦਰੇਕ ਨਹੀਂ, ਜਿੱਥੇ ਮਰਜ਼ੀ ਜੁੜੋ, ਮੇਰਾ ਲੈਣਾ ਦੇਣਾ ਕੋਈ ਨਹੀਂ, ਮਗਰ ਮੇਰਾ ਕਹਿਣ ਦਾ ਮਤਲਬ ਇਸ ਮਕਸਦ ਨੂੰ ਸਮਝੋ। ਉੱਥੇ ਹੁੰਦੀਆਂ ਸਿਆਸੀ ਕਾਨਫਰੰਸਾਂ, ਕਿੱਥੇ? ਸਭੋ ਕੀ ਤਲਵੰਡੀ, ਅਤੇ ਉੱਥੇ ਇਹੋ ਹੀ ਕੁਝ ਆ ਵੀ ਉਹ ਉਹਨੂੰ ਗਾਲਾਂ ਕੱਢਦਾ, ਉਹ ਉਹਨੂੰ ਗਾਲਾਂ ਕੱਢਦਾ, ਖੰਡੇ ਦੀ ਗੱਲ ਹੁੰਦੀ ਉੱਥੇ, ਆਹ ਗੱਲ ਹੁੰਦੀ ਉੱਥੇ? ਬੋਲੋ ਨਾ, ਨਹੀਂ। ਕਿਉਂ? ਕਿਉਂ ਉੱਥੇ ਅੰਮ੍ਰਿਤ ਪਿਆ ਤਿਆਰ ਹੋਇਆ ਹੀ ਨਹੀਂ, ਅੰਮ੍ਰਿਤ 'ਤੇ ਤਿਆਰ ਹੋਇਆ ਸ਼੍ਰੀ ਅਨੰਦਪੁਰ ਸਾਹਿਬ, ਇਹਨਾਂ ਨੇ ਹੁਕਮ ਲਾਇਆ ਵੀ ਆਪਾਂ ਉੱਥੇ ਕਰੀਏ। ਆਖੋ ਵਾਹਿਗੁਰੂ। ਅਤੇ ਆ ਚੰਡੀਗੜ੍ਹ ਹੁਣ 15 ਕੁ ਦਿਨ ਲਗਾਤਾਰ ਲਾ ਕੇ ਆਇਆ, ਬੇਅੰਤ ਲੋਕਾਂ ਨੇ ਨਾਮ ਲਿਖਾਏ ਨੇ ਅੰਮ੍ਰਿਤ ਛਕਣ ਨੂੰ, ਅਤੇ ਦਾਸ ਨੇ ਉੱਥੇ ਇੱਕ ਭਜਨ ਕੀਤਾ ਸੀ ਤੁਹਾਡੇ ਮਤਲਬ ਦਾ ਪਿੰਡੂਆਂ ਦਾ, ਆਖੋ ਵਾਹਿਗੁਰੂ। ਇੱਕ ਡੰਗਰ ਜਦੋਂ ਕਿੱਲੇ ਤੋਂ ਖੁੱਲ੍ਹ ਕੇ, ਕਿੱਲੇ ਤੋਂ ਤੁਹਾਡੇ ਮਤਲਬ ਦਾ ਹੈ ਤੁਸੀਂ ਸਮਝ ਲੈਣਾ, ਕਿੱਲੇ ਤੋਂ ਖੁੱਲ੍ਹ ਗਿਆ ਅਤੇ ਬਾਹਰ ਗਲੀ 'ਚ ਗਿਆ, ਕੁੱਤੇ ਪਹਿਲੋਂ ਵੀ ਸੀ, ਹਾਜ਼ਰ ਹੋ ਜੀ, ਕੁੱਤੇ ਗਲੀ 'ਚ ਭੌਂਕਦੇ ਕਿਉਂ ਨਹੀਂ ਸੀ? ਕਿਉਂਕਿ ਪਸ਼ੂ ਕਿੱਲੇ 'ਤੇ ਵੱਜਾ ਸੀ, ਕਿੱਲੇ 'ਚੋਂ ਛੁੱਟਾ ਬਾਹਰ ਚਲੇ ਗਿਆ, ਇੱਕ ਨੇ ਕੀਤਾ ਬਹੂ, ਡੰਗਰ ਡਰ ਗਿਆ, ਅੱਗੇ ਲੱਗ ਗਿਆ, ਇੱਕ ਕੁੱਤਾ, ਦੋ ਕੁੱਤੇ, ਤਿੰਨ ਕੁੱਤੇ, ਆਖੋ ਵਾਹਿਗੁਰੂ। ਭੈਣ ਪਕੜ ਰਹੇ, ਇੱਕ ਕੁੱਤਾ ਮਗਰ ਲੱਗਾ, ਦੋ ਕੁੱਤੇ ਮਗਰ ਲੱਗੇ, ਲੱਤਾਂ ਪਾੜਤੀਆਂ ਕਿਹਦੀਆਂ? ਡੰਗਰ ਦੀਆਂ। ਉਹਦੀ ਚੰਗੀ ਕਿਸਮਤ ਸੀ, ਉਹ ਮੁੜ ਕੇ ਫਿਰ ਡਰਦਾ ਕੁੱਤਿਆਂ ਤੋਂ ਹਵੇਲੀ 'ਚ ਆਣ ਵੜਿਆ, ਇੱਧਰ ਹਵੇਲੀ ਦੇ ਗੇਟ ਦੇ ਅੰਦਰ ਡੰਗਰ ਗਿਆ। ਤੁਹਾਨੂੰ ਸਮਝ ਲੱਗ ਰਹੀ? ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ, ਬਜ਼ੁਰਗਾਂ ਦਾ ਅਤੇ ਮੇਰੇ ਵਰਗਾ ਵਿਚਾਰਾ ਮਾਂ ਦਿੱਤਾ, ਇਹ ਤਾਂ ਜਿਹੜੀਆਂ ਪੱਕੀਆਂ ਲੀਕਾਂ ਵੱਜ ਗਈਆਂ ਨਾ, ਉੱਥੇ ਹੀ ਵੱਜ ਗਈਆਂ, ਤੁਸੀਂ ਕੋਰੀਆਂ ਸਲੇਟਾਂ ਦੇ ਸਮਝੋ। ਫਿਰ ਆ ਗਿਆ ਆਪਣੀ ਹਵੇਲੀ 'ਚ ਅਤੇ ਕੁੱਤੇ ਵਾਪਸ ਮੁੜ ਗਏ, ਉਹਨਾਂ ਨੂੰ ਪਤਾ ਸੀ ਹਵੇਲੀ 'ਚ ਮਾਲਕ ਹੈਗਾ। ਬੜਾ ਪਾੜਿਆ ਮੇਰੇ ਪੰਥ ਨੂੰ ਇਹਨਾਂ ਲੋਕਾਂ ਨੇ,
ਇਹਨਾਂ ਲੱਤਾਂ ਪਾੜ ਸੁੱਟੀਆਂ ਨੇ ਮੇਰੇ ਪੰਥ ਦੀਆਂ। ਇਹ ਜਿਹੜੇ ਖੁੱਲ੍ਹੇ ਦਾੜਿਆਂ ਵਾਲੇ ਡੇਰਿਆਂ ਦੇ ਬਾਹਰ ਝਾੜੂ ਮਾਰਨ ਡਏ ਨੇ, ਕਲੇਜਾ ਨਹੀਂ ਪਾੜਦਾ ਤੁਹਾਡਾ ਅਤੇ ਮੇਰਾ? ਆਖ ਵਾਹਿਗੁਰੂ। ਇਹ ਜਿਹੜੇ ਖੁੱਲ੍ਹੇ ਦਾੜਿਆਂ ਵਾਲੇ ਗੁਰੂ ਕੇ ਸਿੱਖ ਇਹਨਾਂ ਡੇਰੇਦਾਰਾਂ ਦੇ ਬੂਹੇ ਅੱਗੇ ਜਾ ਕੇ ਝਾੜੂ ਅਤੇ ਪਾਣੀ ਤਰੌਂਕ ਰਹੇ ਨੇ, ਇਹਨਾਂ ਨੂੰ ਗੁਰੂ ਨਾਨਕ ਦੇ ਘਰੋਂ ਕੁਝ ਨਹੀਂ ਮਿਲਿਆ? ਜਿੱਦਣ ਕਦੀ ਤੁਸੀਂ ਮੁੜ ਆਓਗੇ ਸ੍ਰੀ ਅਨੰਦਪੁਰ ਸਾਹਿਬ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਕਿੱਥੇ? ਸਾਰੇ ਡੇਰੇਦਾਰ ਪਿੱਛੋਂ ਲੱਥ ਜਾਣਗੇ, ਇਹਨਾਂ ਨੂੰ ਪਤਾ ਲੱਗ ਗਿਆ ਆ ਗਿਆ। ਇੱਕ ਏਕ ਏਕ ਬਖਾਨੇ, ਬੋਲੋ ਇੱਕ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ। ਉੱਚੀ ਬੋਲੋ, ਲਓ ਸਾਹਿਬ ਦਾ ਨਾਮ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਨਮਸਕਾਰ ਗੁਰਦੇਵ ਕੋ, ਨਮਸਕਾਰ ਗੁਰਦੇਵ ਕੋ, ਨਮ ਆਦਿ ਅੰਤ ਏਕੈ ਅਵਤਾਰਾ, ਆਦਿ ਅੰਤ ਏਕੈ ਅਵਤਾਰਾ, ਆਦਿ ਸੋਈ ਗੁਰੂ ਸਮਝਿਓ ਹਮਾਰਾ, ਸੋਈ ਗੁਰੂ ਸਮਝਿਓ ਹਮਾਰਾ, ਸੋਈ ਆਦੇਸ ਤਿਸੈ ਆਦੇਸ, ਇਹਨੂੰ ਆਦੇਸ ਬਣੇ ਨਮਸਕਾਰ, ਬੋਲੋ ਦੇਸ ਬਣੇ ਨਮਸਕਾਰ, ਕਿਹਨੂੰ? ਆਦੇਸ ਤਿਸੇ ਆਦੇਸ, ਜਿਹੜਾ 10 ਸਾਲ ਦਾ ਨਹੀਂ, ਜਿਹੜਾ 20 ਸਾਲ ਦਾ ਨਹੀਂ, ਜਿਹੜਾ 80 ਸਾਲ ਦਾ ਨਹੀਂ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ, ਬਾਣੀ ਵੱਜੀ ਚੌ ਜੁਗੀ, ਚੌਵਾਂ ਯੁੱਗਾਂ ਵਿੱਚ ਬਾਣੀ ਵਰਤਦੀ ਰਹੀ, ਅੱਜ ਵੀ ਹੁਣ ਬਾਣੀ ਗੁਰੂ ਆ ਗਿਆ। ਡੰਗਰ ਵਿਚਾਰਾ ਖੁੱਲ੍ਹਾ ਖੁੱਲ੍ਹਾ ਕੁੱਤਿਆਂ ਕੋਲੋਂ ਲੱਤਾਂ ਲੁੱਤਾਂ ਪੜਵਾ ਕੇ, ਅਤੇ ਮੈਂ ਇੱਕ ਵਚਨ ਉੱਥੇ ਚੰਡੀਗੜ੍ਹ ਸੁਣਾ ਕੇ ਆਇਆ ਵੀ ਇੱਕ CD ਤੁਸੀਂ ਬਾਬਾ ਜਰਨੈਲ ਸਿੰਘ ਸਾਹਿਬ ਦੀ ਸੁਣਿਓ, ਆਖੋ ਵਾਹਿਗੁਰੂ। ਉਸ ਕਲਿੱਪ ਵਿੱਚ ਉਹਨਾਂ ਨੇ ਬੋਲਿਆ ਹੈ ਵੀ ਬਾਬਾ ਜੀ, ਕੋਈ ਪੱਤਰਕਾਰ ਪੁੱਛ ਰਿਹਾ ਹੈ ਵੀ ਸਿੱਖਾਂ ਨੂੰ ਰਾਜ ਕਦੋਂ ਮਿਲੂਗਾ, ਹਾਜ਼ਰ ਰਹੋ ਸਿੱਖਾਂ ਨੂੰ, ਉੱਚੀ ਬੋਲੋ। ਇਹ ਵਿਚਾਰੇ ਜਿਹੜੇ ਅੱਜ ਦਿੱਲੀ ਦੇ ਬੂਹੇ ਅੱਗੇ ਜਾ ਕੇ ਬੈਠੇ ਨੇ ਫਕੀਰ ਬਣ ਕੇ, ਤੂੰ ਕਹਿੰਦਾ ਸਾਂ ਜਿਸ ਨੂੰ ਬਖਸ਼ੇ ਸਿਰ ਤਸਲਾ ਨਾਨਕ ਪਾਤਸ਼ਾਹੀ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਅਤੇ ਇਹ ਅੱਜ ਦਿੱਲੀ ਦੇ ਬੂਹੇ ਅੱਗੇ 3 ਮਹੀਨਿਆਂ ਤੋਂ ਬੈਠੇ, ਇਹਨਾਂ ਦੀ ਕੋਈ ਸੁਣ ਨਹੀਂ ਰਿਹਾ, ਹਮ ਰੁਲਤੇ ਫਿਰਤੇ, ਇਹਨਾਂ ਨੂੰ ਰਾਜ ਕਦੋਂ ਮਿਲੂ? ਬਾਬਾ ਜਰਨੈਲ ਸਿੰਘ ਸਾਹਿਬ ਨੂੰ ਪੱਤਰਕਾਰ ਨੇ ਪੁੱਛਿਆ, ਅਤੇ ਬਾਬਾ ਜਰਨੈਲ ਸਿੰਘ ਸਾਹਿਬ ਦਾ ਬੜਾ ਸਹਿਜ ਸੁਭਾਅ ਆਪਣੇ ਵਿੱਚ ਵਿਕ ਕੇ ਦ੍ਰਿੜਤਾ ਨਾਲ ਕਹਿੰਦਾ ਸੀ, ਜਿੱਦਣ ਇਹ ਸਾਰੇ ਅਨੰਦਪੁਰ ਸਾਹਿਬ ਚੱਲ ਜਾਣਗੇ, ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਰਾਜ ਬਖਸ਼ ਦੇ। ਪਤਾ ਲੱਗਾ ਜੀ, ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਦਿੱਲੀ ਦਾ ਰਾਜ ਵੀ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਪਤਾ ਜੇ ਕਿ ਨਹੀਂ? ਬੋਲੋ ਨਾ ਗੁਰੂ ਕੇ ਸਿੱਖੋ, ਕਿ ਪਤਾ ਨਹੀਂ? ਕਿਹਨੂੰ ਦਿੱਤਾ ਸੀ? ਬਹਾਦਰ ਸ਼ਾਹ ਨੂੰ ਲੈ ਕੇ, ਬੋਲੋ ਨਾ।
ਅੱਜ ਤਖ਼ਤ ਤਾਂ ਵਸਦਾ ਵਾ ਬਹਾਦਰ ਸ਼ਾਹ ਨੂੰ ਰਾਜ ਦੇਣ ਵਾਲਾ ਮੇਰਾ ਸਾਹਿਬ ਗੁਰੂ ਗੋਬਿੰਦ ਸਿੰਘ ਆ। ਅਤੇ ਜੇ ਇੱਕ ਮੁਸਲਮਾਨ ਬਾਦਸ਼ਾਹ ਦੀ ਖੁਸ਼ੀ ਹੋਈ ਬਾਦਸ਼ਾਹ ਹੀ ਉਹਨੂੰ ਦੇ ਸਕਦਾ ਹੈ, ਅਤੇ ਤੁਹਾਡੀ ਖੁਸ਼ੀ ਹੋਈ 40 ਸਾਲਾਂ ਤੋਂ, 50 ਸਾਲਾਂ ਤੋਂ, 100 ਸਾਲ ਤੋਂ ਤੁਹਾਡਾ ਖੁਸ਼ਿਆ ਹੋਇਆ ਰਾਜ ਤੁਹਾਨੂੰ ਕਿਉਂ ਨਹੀਂ ਦੇ ਸਕਦਾ? ਤੁਸੀਂ ਅਨੰਦਪੁਰ ਸਾਹਿਬ ਨਹੀਂ ਜਾਂਦੇ? ਆਓ ਐਰਕਾ ਵਿਸਾਖੀ 'ਤੇ ਉੱਥੇ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ, ਮੰਗੋ ਮੇਰੇ ਪਾਤਸ਼ਾਹ ਕੋਲੋਂ ਇਨ ਗਰੀਬ ਸਿੱਖਣ ਕੋ। ਸਾਰੇ ਬੋਲਿਆ, ਭੈਣਾਂ ਨੂੰ ਪਤਾ ਨਹੀਂ ਹੋਣਾ ਜਿਹਨਾਂ ਜਿਹਨਾਂ ਨੂੰ ਤੋਕ ਆਉਂਦੀ, ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ। ਹੁਣ ਤੇ ਬੋਲ ਦਿਓ, ਇਨ ਗਰੀਬ ਸਿੱਖਣ ਕੋ, ਉੱਚੀ ਬੋਲੋ, ਇਨ ਗਰੀਬ ਸਿੱਖਣ ਕੋ ਯਾਦ ਕਰੇ ਹਮਰੀ ਗੁਰਿਆਈ, ਯਾਦ ਕਰੇ ਜਾਂ ਕੀ ਜਾਤ ਵਰਨ ਕੁਲ ਮਾਈ, ਜਾਂ ਕੀ ਜਾਂ ਕੀ ਜਾਤ ਵਰਨ ਕੁਲ ਮਾਈ, ਜਾਂ ਕੀ ਜਿਹਨਾਂ ਦੀ ਜਾਤ ਵਰਨ ਵਿੱਚ ਕਦੀ ਰਾਜ ਤੇ ਸਰਦਾਰੀ ਨਹੀਂ ਸੀ ਆਈ, ਸਰਦਾਰੀ ਨਾ ਭਈ ਕਨਾਈ, ਅਨੰਦਪੁਰ ਸਾਹਿਬ ਮੇਰੀ ਗੋਦ 'ਚ ਆਏ ਨੇ ਤੇ ਨਹੀਂ ਕੋ ਸਰਦਾਰ ਬਣਾਉਂ। ਬੋਲੋ ਨਾ, ਗੁਰੂ ਗੋਬਿੰਦ ਸਿੰਘ ਨੇ ਕੀ ਆਖਿਆ? ਤਿੰਨੀ ਕੋ ਛਾਤੀ 'ਤੇ ਹੱਥ ਮਾਰ ਕੇ ਆਖਿਆ, ਆਖਰੀ ਦਿੰਦੇ ਜੇ ਮੈਂ ਇਹ ਕੰਮ ਕਰੂੰਗਾ ਤਾਂ ਮੈਂ ਆਖੂ ਮੈਂ ਫਿਰ ਜਰਨੈਲ ਸਵਾਂ, ਮੈਂ ਫਿਰ ਮੋਹਣ ਸਿੰਘ ਹਾਂ ਜੇ ਮੈਂ ਤੁਹਾਡਾ ਇਹ ਕੰਮ ਕਰਦਾ। ਅਤੇ ਗੁਰੂ ਨੇ ਛਾਤੀ 'ਤੇ ਹੱਥ ਮਾਰ ਕੇ ਆਖਿਆ, ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਜਾਂ ਕਿ ਜਾਤ ਵਰਨ ਕੁਲ ਮਾਈ, ਤਿੰਨੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਜਿਹੜਾ ਰਾਜ ਦੇਣ ਵਾਲਾ ਉੱਧਰ ਨੂੰ ਤਾਂ ਬੇਮੁੱਖ ਹੋ ਗਏ, ਅਨੰਦਪੁਰ ਸਾਹਿਬ 'ਤੇ ਤੁਸੀਂ ਜਾਣਾ ਛੱਡਤਾ। ਆਖੋ ਵਾਹਿਗੁਰੂ। ਜਿਸ ਤਰ੍ਹਾਂ ਇੱਕ ਪਸ਼ੂ ਦੇ ਪਿੱਛੇ ਚਾਰ ਚਫੇਰੇ ਕੁੱਤੇ ਪਿੰਡ ਦੇ ਦੁਆਲੇ ਘੁਮਾਈ ਕਰਦੇ, ਇਸ ਤਰ੍ਹਾਂ ਮੇਰਾ ਪੰਥ ਅੱਜ ਭੱਜਾ ਫਿਰਦਾ ਵਿਚਾਰਾ। ਜਿਸ ਦਿਨ ਘਰ ਆ ਜਾਓਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਸਾਰੀ ਕਾਇਨਾਤ ਦੇ ਇਹ ਜਿੰਨੇ ਪਖੰਡੀ ਲੋਕ ਨੇ ਤੁਹਾਡੇ ਮਗਰੋਂ ਲੱਗ ਜਾਣਗੇ, ਇਹਨਾਂ ਨੂੰ ਪਤਾ ਲੱਗ ਜਾਊਗਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇੱਥੇ ਰਾਜ ਭਾਗ ਮਿਲਦਾ। ਅਤੇ ਮੇਰਾ ਅੱਜ ਦਾ ਵੈਸੇ ਵਿਸ਼ਾ ਇਹ ਸੀ, ਵਣਜ ਕਰੋ ਵਣਜਾ ਰਿਹੋ। ਬੋਲੋ ਭਲਾ, ਵਣਜ ਕਿਹਨੂੰ ਕਹਿੰਦੇ? ਬੋਲੋ, ਵਪਾਰ ਕਿਹਨੇ ਕਿਹਾ? ਅੱਛਾ ਸ਼ਾਬਾਸ਼, ਤੇ ਤੁਹਾਨੂੰ ਧੀਓ ਪਤਾ ਹੈ, ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹੋ। ਆਖੋ ਵਾਹਿਗੁਰੂ। ਵਣਜ ਕਰੋ ਵਣਜਾ ਰਿਹੋ, ਵਣਜਾ ਰਿਹੋ ਮੈਨੇ ਵਪਾਰੀਓ, ਵਪਾਰੀਓ ਤੁਸੀਂ ਵਪਾਰ ਕਰੋ, ਤੁਸੀਂ ਵਪਾਰ ਕਰਨ ਆਏ ਹੋ। ਆ ਜਿੰਨੀਆਂ ਮੇਰੀਆਂ ਧੀਆਂ, ਜਿੰਨੇ ਮੇਰੇ ਵੀਰ ਨੇ ਨਾ, ਇਹਨਾਂ ਨੂੰ ਗੁਰਬਾਣੀ 'ਚ ਲਿਖਿਆ, ਜੇਤੇ ਜੀ ਤੇਤੇ ਵਣਜਾਰੇ। ਬੋਲੋ, ਜੇਤੇ ਜੀ ਜਿੰਨੀਆਂ ਧੀਆਂ ਨੇ ਇਹ ਵੀ ਵਪਾਰੀ ਨੇ, ਜਿੰਨੇ ਵੀਰ ਨੇ ਇਹ ਵੀ ਵਪਾਰੀ ਨੇ। ਉੱਚੀ 'ਤੇ ਬੋਲਿਆ ਕਰੋ, ਇਹ ਵੀ ਵਪਾਰੀ ਨੇ, ਤੁਸੀਂ ਸਾਰੇ ਹੀ ਵਪਾਰੀ ਹੋ। ਵਪਾਰ ਕਾਹਦਾ ਕਰਨ ਆਏ ਹੋ? ਅੰਮ੍ਰਿਤ ਵੇਲਾ ਸੀ, 2 ਵਜੇ। ਆਖੋ ਵਾਹਿਗੁਰੂ, ਉੱਚੀ ਬੋਲਿਆ ਕਰੋ। ਅਤੇ ਮੇਰੇ ਬਾਬੇ ਨੇ ਅੱਜ ਪਹਿਲੇ ਦਿਨ ਮਰਦਾਨੇ ਨੂੰ ਆਖਿਆ, ਮਰਦਾਨਿਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ, ਮਰਦਾਨਿਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਅਤੇ ਮਰਦਾਨਾ, ਅਤੇ ਮਰਦਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਕੁਝ ਸਾਲ ਵੱਡਾ ਸੀ, ਪਤਾ ਜੇ ਕਿ ਨਹੀਂ? ਪਤਾ ਜੇ ਨਹੀਂ? ਅਰਮਾਲ ਵਾਲਿਆਂ ਨੂੰ ਨਹੀਂ ਪਤਾ? ਮਰਦਾਨਾ ਭਾਈ ਸਾਹਿਬ ਸੀ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ ਵੱਡੇ ਸੀ।
ਮਗਰ ਗੁਰੂ ਨਾਨਕ ਸਾਹਿਬ ਨੂੰ ਆਪਣਾ ਸਤਿਗੁਰੂ ਮੰਨਦੇ ਸੀ ਅਤੇ ਮਰਦਾਨੇ ਨੇ ਉਹ ਆਖਿਆ, ਮੇਰੇ ਸਾਹਿਬ ਨੇ ਮਰਦਾਨਿਆ, ਅੱਜ ਮੈਂ ਤੇਰੇ ਨਾਲ ਇੱਕ ਬੜੀ ਸਲਾਹ ਜ਼ਰੂਰੀ ਕਰਨੀ। ਦੱਸੋ ਸਤਿਗੁਰੂ, ਜੋ ਮੈਂ ਤੈਨੂੰ ਕਹੂੰਗਾ ਤੂੰ ਅੱਗੋਂ ਮੈਨੂੰ ਕਦੀ ਪੁੱਛਣਾ ਨਹੀਂ ਵੀ ਤੂੰ ਮੈਨੂੰ ਕਿੱਧਰ ਭੇਜਣ ਲੱਗਾ ਹੈ। ਕਿਹਨੇ ਕਿਹਾ? ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਵੀ ਮੈਂ ਜਿੱਧਰ ਨੂੰ ਤੈਨੂੰ ਭੇਜਾਂ ਤੂੰ ਮੈਨੂੰ ਪੁੱਛਣਾ ਨਹੀਂ। ਅਤੇ ਅੱਜ ਮੇਰਾ ਬਾਬਾ ਕਹਿੰਦਾ ਮੈਂ ਤੈਨੂੰ ਇੱਕ ਪਾਸੇ ਭੇਜਣ ਲੱਗਾ। ਅਤੇ ਮਰਦਾਨਾ ਕਹਿੰਦਾ ਜੀ ਸੱਤ ਬਚਨ, ਜੈ ਭੇਜੇ ਤੈਂ ਜਾਵਾਂ। ਬੋਲੋ, ਇਤਰਾ ਨਹੀਂ, ਭੇਜੇ ਭੇਜੇ, ਜੈ ਭੇਜੇ ਤੈਂ ਜਾਵਾਂ, ਜਿੱਧਰ ਨੂੰ ਤੂੰ ਭੇਜਣ ਲੱਗਾ ਮੈਂ ਜਾਊਂਗਾ। ਮਰਦਾਨਿਆ ਉਹ ਪੈਲੀਆਂ ਦੇ ਵਿੱਚ ਇੱਕ ਦੀਵਾ ਜਗਦਾ ਹੈ, ਉੱਥੇ ਚੱਲ ਗਿਆ। ਅਤੇ ਹੁਕਮ ਕੀ ਹੋਇਆ ਸੀ? ਵੀ ਤੂੰ ਪੁੱਛਣਾ ਨਹੀਂ ਵੀ ਉਹ ਦੀਵੇ ਦੇ ਕੋਲ ਕੌਣ ਆ। ਪਤਾ ਲੱਗ ਰਿਹਾ ਜੀ ਦੀਵੇ ਕੋਲ ਕੌਣ ਆ, ਕਿਉਂ ਚੱਲਾਂ? ਸੱਤ ਵਚਨ ਕਹਿ ਕੇ ਅਤੇ ਉਸ ਦੀਵੇ ਵਾਲੀ ਜਗ੍ਹਾ ਨੂੰ ਤੁਰਿਆ ਮਰਦਾਨਾ। ਆਖੋ ਵਾਹਿਗੁਰੂ, ਗੱਜਕ ਬੋਲੋ ਨਾ। ਉੱਥੇ ਗਿਆ ਅਤੇ ਉੱਥੇ ਇੱਕ ਕੱਖਾਂ ਦੀ ਕੁਟੀਆ ਸੀ, ਸੁਲਤਾਨਪੁਰ ਲੋਧੀ ਤੋਂ ਇੱਧਰਲੇ ਪਾਸੇ ਉਹ ਜਗ੍ਹਾ ਹੈ। ਕੱਖਾਂ ਦੀ ਕੁਟੀਆ ਕੋਲ ਗਿਆ, ਦੀਵਾ ਜਗਦਾ ਸੀ, 6.5-7 ਫੁੱਟ ਉੱਚਾ ਇੱਕ ਮੁਸਲਮਾਨ ਫਕੀਰ ਖਲੋਤਾ, ਸਿਰ 'ਤੇ ਪੱਗ ਬੱਧੀ, ਖੁੱਲ੍ਹਾ ਥਾੜਾ, ਸਾਡੇ ਵਰਗੇ ਨਹੀਂ ਹੁਣ ਵੀ ਜਿਹਨਾਂ ਦੇ ਗੁਰੂਆਂ ਨੇ ਕਿਹਾ ਸੀ ਕੇਸਨ ਕੀ ਜੈ ਪ੍ਰਤਪਾਲ, ਨੈ ਉਸ ਤਰਨ ਸਿਉਂ ਕੱਟੀਏ ਬਾਲ। ਇਹ ਕੇਸ ਗੁਰੂ ਦੀ ਮੋਹਰ ਨੇ, ਇਹਨਾਂ ਨੂੰ ਚਿਹਰੇ ਤੋਂ ਹਟਾਉਣਾ ਨਹੀਂ। ਜਿਹੜੇ ਸਿੱਖ ਦੇ ਘਰ ਦਾ ਬੱਚਾ ਕੇਸ ਕੱਟਦਾ ਹੈ ਗੁਰੂ ਨਾਨਕ ਦੇ ਘਰੋਂ, ਉਸ ਪਰਿਵਾਰ ਦੀ ਜੜ ਸੁੱਕ ਜਾਂਦੀ। ਮੈਂ ਨਹੀਂ ਕਹਿ ਰਿਹਾ, ਰਹਿਤ ਮਰਿਆਦਾ ਕਹਿ ਰਹੀ। ਆਖੋ ਵਾਹਿਗੁਰੂ, ਜਿਨ੍ਹਾਂ ਦੇ ਕੱਟੇ ਹੋਏ ਕੇਸ ਵਾਲਿਆਂ ਦੇ ਘਰੋਂ ਇੱਕ ਬੱਚਾ ਕੇਸ ਰੱਖ ਕੇ ਅੰਮ੍ਰਿਤ ਛਕ ਲੈਂਦਾ, ਉਹਦੀ ਜੜ ਗੁਰੂ ਨਾਨਕ ਦੇ ਘਰ 'ਚ ਹਰੀ ਹੋ ਜਾਂਦੀ। ਹੁਣ ਨਹੀਂ ਜੇ ਬੋਲਿਆ ਵਾਹਿਗੁਰੂ, ਸੁਣ ਲਓ। ਜਿਨ੍ਹਾਂ ਦੇ ਚੰਗੇ ਭਲੇ ਕੇਸਾਂ ਵਾਲਿਆਂ ਦੇ ਘਰੋਂ ਇੱਕ ਬੱਚਾ ਦਾੜਾ 'ਤੇ ਕੇਸ ਕਟਾ ਦੇ, ਸਮਝ ਲਓ ਉਹਨਾਂ ਦੀ ਜੜ ਗੁਰੂ ਨਾਨਕ ਦੇ ਘਰੋਂ ਸਿੱਖੀ ਵੱਲੋਂ ਸੁੱਕ ਗਈ। ਜਿਨ੍ਹਾਂ ਦੇ ਕੱਟੇ ਹੋਏ ਕੇਸਾਂ ਵਿੱਚੋਂ ਇੱਕ ਬੱਚਾ ਫਿਰ ਕੇਸਾਂ ਨਾਲ ਜੁੜ ਗਿਆ, ਉਹਨਾਂ ਦੀ ਜੜ ਫਿਰ ਹਰੀ ਹੋ ਗਈ। ਅਤੇ ਮਰਦਾਨੇ ਨੂੰ ਸਾਹਮਣੇ ਜਦੋਂ ਐਸਾ ਸਰੂਰ ਮਿਲਿਆ ਅਤੇ ਮਰਦਾਨਾ ਉਹਦੇ ਨਾਲ ਬੋਲਿਆ ਨਹੀਂ, ਉਹਨੇ ਆਪਣੀ ਕੁੜੀਆ ਦੇ ਵਿੱਚੋਂ ਇੱਕ ਕੱਪੜੇ 'ਚ ਵਲੇਟੀ ਹੋਈ ਚੀਜ਼ ਇਤਰਾਂ ਦੀ ਮਰਦਾਨੇ ਦੇ ਹੱਥਾਂ 'ਤੇ ਰੱਖਤੀ। ਮਰਦਾਨੇ ਨੇ ਅੱਗੋਂ ਕੁਛ ਨਹੀਂ ਕਿਹਾ, ਚੁੱਕ ਕੇ ਉਹ ਚੀਜ਼ ਕੱਪੜੇ 'ਚ ਵਲੇਟੀ ਹੋਈ ਅਤੇ ਲਿਆ ਕੇ ਮੇਰੇ ਜਗਤ ਗੁਰੂ ਨਾਨਕ ਸਾਹਿਬ ਨੂੰ ਇਤਰਾਂ ਦੇਣ ਲੱਗਾ। ਸੁਣੋ, ਇਤਰਾਂ ਦੇਣ ਲੱਗਾ ਅਤੇ ਬਾਬੇ ਨੇ, ਮੇਰੇ ਬਾਬੇ ਨਾਨਕ ਨੇ ਆਖਿਆ ਮਰਦਾਨਿਆ ਇਹ ਮੇਰੇ ਲਈ ਨਹੀਂ ਦਿੱਤੀ। ਹਾਜ਼ਰਿਓ, ਇਹ ਮਹਾਰਾਜ ਇਹ ਫਿਰ ਕਿਹਦੇ ਲਈ ਦਿੱਤੀ? ਮੇਰੇ ਜਗਤ ਗੁਰੂ ਨੇ ਆਖਿਆ ਮਰਦਾਨਿਆ ਤੇਰੇ ਲਈ ਦਿੱਤੀ। ਚੌਂਕੜਾ ਮਾਰ ਪਈ ਕਾਲੇ ਕਾਲੇ ਪੱਥਰ ਦੀ ਮੁੰਦਰੀ ਵਾਲਿਆ। ਆਖੋ ਵਾਹਿਗੁਰੂ, ਸੋਹਣੀ ਤਰ੍ਹਾਂ ਪੁੱਤ, ਬੜਾ ਸੋਹਣਾ ਸਰੂਪ ਇਸ ਨੂੰ ਰੱਬ ਨੇ ਦਿੱਤਾ। ਆਖੋ ਵਾਹਿਗੁਰੂ, ਇਹ ਤੇਰੇ ਲਈ ਦਿੱਤੀ। ਅਤੇ ਮਰਦਾਨਾ ਕਹਿੰਦਾ ਮਹਾਰਾਜ ਮੇਰੇ ਲਈ? ਭੇਟਾ ਤੁਹਾਡੀ ਤੁਸੀਂ ਮੈਨੂੰ ਕਹਿਤੀ। ਮਹਾਰਾਜ ਪਾਤਸ਼ਾਹ ਕਹਿੰਦੇ ਮਰਦਾਨਿਆ ਖੋਲ ਇਹਨੂੰ। ਕੱਪੜਾ ਖੁੱਲ੍ਹਿਆ ਅਤੇ ਵਿੱਚੋਂ ਕੋਈ ਚੀਜ਼ ਨਿਕਲੀ ਅਤੇ ਸਾਹਿਬ ਨੂੰ ਫਿਰ ਆਉਂਦਾ, ਆ ਮਹਾਰਾਜ ਤੁਹਾਡੀ ਚੀਜ਼ ਆ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ ਤੇਰੀ ਚੀਜ਼ ਆ। ਮਹਾਰਾਜ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈ ਕਿ ਕਹਿੰਦੇ ਰਵਾ ਵਿਆਹ ਕੀ ਜੀ ਰਵਾ ਵਿਆਹ ਕੀ ਕਰੀ ਦੀ ਮਰਦਾਨੇ ਨੂੰ ਕਹਿੰਦੇ ਆਂਦੇ ਮਰਾਸੀਆਂ ਦਾ ਪੋਤੇ ਤੂੰ, ਤੈਨੂੰ ਨਹੀਂ ਪਤਾ ਕੀ ਕਰੀ ਦੀ? ਨਹੀਂ ਮਹਾਰਾਜ ਮੈਨੂੰ ਨਹੀਂ ਪਤਾ। ਕਹਿੰਦੇ ਇਹਨੂੰ ਵਜਾ,
ਇਹਦੇ ਨਾਲ ਇੱਕ ਖੁਦਾ ਦਾ ਸੰਗੀਤ ਪੈਦਾ ਹੋਊਗਾ। ਆਪਾਂ ਬਾਣੀ ਗਾਈਏ, ਮਹਾਰਾਜ ਮੈਨੂੰ ਤਾਂ ਸੁਰ ਕਰਨੀ ਵੀ ਨਹੀਂ ਆਉਂਦੀ, ਮਰਦਾਨਾ ਕਹਿੰਦਾ, ਮਹਾਰਾਜ ਮੈਨੂੰ ਤਾਂ ਸੁਰ ਕਰਨੀ ਵੀ ਨਹੀਂ ਆਉਂਦੀ। ਅਤੇ ਜਗਤ ਦੇ ਮਾਲਕ ਨੇ ਆਖਿਆ, ਮਰਦਾਨਿਆ ਤੂੰ ਉਂਗਲ ਰੱਖ, ਇਹ ਦਰਗਾਹ ਦੇ ਵਿੱਚੋਂ ਸੁਰ ਹੋ ਕੇ ਆਈ, ਬਸ ਤੂੰ ਉਂਗਲ ਰੱਖ। ਜਿੱਦਣ ਪਹਿਲੇ ਦਿਨ ਉਂਗਲ ਰੱਖੀ ਰਬਾਬ 'ਤੇ ਆਪਣੇ ਆਪ ਇੱਕ ਸੰਗੀਤ ਪੈਦਾ ਹੋਇਆ, ਵਣਜ ਕਰੋ ਵਣ ਜਾ ਰਿਓ, ਵਣਜ ਕਰੋ ਵਣ ਜਾ ਰਿਓ, ਵਣਜ ਸਾਰੇ ਪਿੱਛੋਂ ਤੱਕ ਆਵਾਜ਼ ਆਊਗੀ ਤੇ ਆਨੰਦ ਆ ਜਾਊਗਾ, ਸਾਰਾ ਬ੍ਰਹਿਮੰਡ ਗੂੰਜ ਉੱਠੂਗਾ, ਵਣਜ ਕਰੋ ਵਣ ਜਾ ਰਿਓ, ਵਣਜ ਕਰੋ ਵਣ ਜਾ ਰਿਓ, ਵਣਜ ਵੱਖਰ ਲਿਓ ਸਮਾਲ, ਵੱਖਰ ਲਿਓ ਸਮਾਲ, ਵੱਖਰ ਤੈਸੀ ਵਸਤ ਵਸਾਈਏ, ਤੈਸੀ ਵਸਤ ਵਸਾਈਏ, ਤੈਸੀ ਜੈਸੀ ਨਿਭੈ ਨਾਲ, ਜੈਸੀ ਨਿਭੈ ਨਾਲ, ਜੈ ਬਰੀਕੀ ਨਾਲ ਫੜਿਓ, ਵਣਜ ਕਰੋ ਵਣਜਾਰੇ, ਵਣਜਾਰੇ ਬਣੇ ਵਪਾਰੀਓ, ਵਣਜ ਬਣੇ ਵਪਾਰ, ਆਖੋ ਵਾਹਿਗੁਰੂ। ਵਪਾਰੀਓ ਤੁਸੀਂ ਵਪਾਰ ਕਰਨ ਆਇਓ, ਵਪਾਰ ਕਰੋ, ਆਖੋ ਵਾਹਿਗੁਰੂ। ਅਤੇ ਇੱਕ ਤਕੀਦ ਕੀਤੀ, ਆਹ ਮੇਰੀਆਂ ਭੈਣਾਂ ਬੱਚੀਆਂ ਨੇ ਨਾ, ਹੁਣੇ ਚੇਤਾ ਆ ਜਾਣਾ ਇਹਨਾਂ ਨੂੰ, ਆਖੋ ਵਾਹਿਗੁਰੂ। ਇੱਥੋਂ ਅਜਨਾਲੇ ਜਾਂਦੀਆਂ ਸੀ ਅਤੇ ਕਈ ਵਾਰ ਅਜਨਾਲੇ ਗਈਆਂ ਨੂੰ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਸੀ ਵੀ ਮੈਂ ਲੈਣ ਕੀ ਆਈ ਹਾਂ। ਚੇਤਾ ਜੇ ਉੱਧਰੋਂ ਬਾਜ਼ਾਰ 'ਚ ਪਹੁੰਚ ਜਾਣਾ, ਉੱਧਰੋਂ ਚੇਤਾ ਭੁੱਲ ਜਾਣਾ ਵੀ ਮੈਂ ਘਰੋਂ ਲੈਣ ਕੀ ਆਈ, ਅਤੇ ਫਿਰ ਇਹ ਕੀ ਕਰਦੀਆਂ ਸੀ। ਤੁਹਾਡੀ ਉਮਰ ਸਾਡੀ 'ਚ ਉਹ ਨਿਆਣੀਆਂ ਨੂੰ ਨਹੀਂ ਪਤਾ, ਹੁਣ ਤਾਂ ਮੋਬਾਈਲ ਹੈਗੇ, ਨੋਟ ਕਰ ਲਈਦੇ ਆ, ਇਸ ਤਰ੍ਹਾਂ ਗੰਢ ਮਾਰ ਲੈਂਦੀਆਂ ਸੀ ਭਾਈ ਉਹ। ਅਤੇ ਇਹਨੂੰ ਵੇਖ ਕੇ ਚੇਤਾ ਆ ਜਾਂਦਾ ਸੀ ਵੀ ਮੈਂ ਗੰਢ ਉਸ ਵੇਲੇ ਜਦੋਂ ਮਾਰੀ, ਵਿਹਦੀ ਵਿਹਦੀ ਚੇਤਾ ਆ ਜਾਂਦਾ ਮੈਂ ਭਿੰਡੀਆਂ ਲੈਣ ਆਈ ਸਾਂ, ਆਖੋ ਵਾਹਿਗੁਰੂ। ਚੇਤਾ ਆ ਗਿਆ, ਮੇਰਾ ਗੁਰੂ ਕਹਿੰਦਾ ਤੁਸੀਂ ਵੀ ਇੱਕ ਗੰਢ ਮਾਰ ਕੇ ਆਇਓ, ਜਰਾ ਕੁ ਉਹਦਾ ਚੇਤਾ ਕਰੋ, ਇਸ ਦੁਨੀਆਂ ਦੇ ਬਾਜ਼ਾਰ ਵਿੱਚ ਤੁਸੀਂ ਕੀ ਲੈਣ ਆਏ ਹੋ, ਬਸ ਇੰਨਾ ਚੇਤਾ ਕਰੋ ਕੀ ਲੈਣ ਆਏ ਹੋ। ਅਤੇ ਮੇਰੇ ਗੁਰੂ ਨੇ ਚੇਤਾ ਕਰਾਇਆ, ਰਿਮਾਇੰਡ ਕਰਾਇਆ, ਵਣਜ ਕਰੋ ਵਣਜਾ ਰਿਓ, ਵੱਖਰ ਲਿਓ ਸਮਾਲ, ਦਾ ਮਤਲਬ ਚੇਤੇ ਕਰ ਲਓ, ਸੌਦਾ ਚੇਤੇ ਕਰ ਲਓ। ਅਤੇ ਇਹ ਵਪਾਰ ਅਜਨਾਲੇ ਆਉਂਦੀ, ਤੈਸੀ ਵਸਤ ਵਸਾਈਏ ਬਣੇ ਖਰੀਦੀਏ, ਵਸਾਈਏ ਬਣੇ ਖਰੀਦੀਏ, ਇਹੋ ਜਿਹੀ ਕੋਈ ਵਸਤੂ ਇਕੱਠੀ ਕਰੋ ਇੱਥੋਂ, ਜੈਸੀ ਨਿਭੇ ਨਾਲ, ਬੋਲੋ ਜੈਸੀ। ਅਤੇ ਇੱਥੇ ਉਹ ਨਾਲ ਨਿਭਣ ਵਾਲੀ ਕਿਹੜੀ, ਸੋਨੇ ਦੀ ਚੂੜੀ ਤਾਂ ਇੱਥੇ ਰਹਿ ਜਾਣੀ, ਸੋਨੇ ਦੀ ਚੂੜੀ ਵੀ ਇੱਥੇ ਰਹਿ ਜਾਣੀ, ਕਾਂਡੇ ਵੀ ਇੱਥੇ ਰਹਿ ਜਾਣੇ, ਇੱਥੋਂ ਤੱਕ ਆ ਜਿਹੜੀ ਚਿੱਟੀ ਚਮੜੀ ਇਹ ਵੀ। ਕੱਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ, ਇਹ ਤਾਂ ਸਭ ਕੁਝ ਇੱਥੇ ਰਹਿ ਜਾਣਾ, ਨਾਲ ਕੀ ਜਾਣਾ ਹੈ। ਤੈਸੀ ਵਸਤ ਵਸਾਈਏ, ਜੈਸੀ ਨਿਭੇ,
ਜੇ ਮਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ। ਜਿੱਥੇ ਬੜੇ ਬੜੇ ਭਿਆਨਕ ਜਮ ਤੈਨੂੰ ਲੈਣ ਕੇ ਜਾਣਗੇ ਨਾ, ਨਾ ਸੋਨੇ ਦਾ ਕੜਾ ਨਾਲ ਜਾਣਾ ਹੀ, ਨਾ ਚੂੜੀ ਨਾਲ ਜਾਣੀ ਹੂੰ, ਨਾ ਤੇਰਾ ਟਰੈਕਟਰ ਨਾਲ ਜਾਣਾ ਹੀ, ਨਾ ਤੇਰੀ ਘੜੀ ਨਾਲ ਜਾਣੀ ਹੂੰ, ਨਾ ਤੇਰੇ ਕੱਪੜੇ। ਉੱਥੇ ਤੇ ਵਾਹਿਗੁਰੂ 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 ਇਹ ਨਾਲ ਜਾਣਾ ਹੀ। ਖੁੱਲ੍ਹ ਕੇ ਬੋਲੋ ਨਾ, ਕਮਾਈ ਕਰਨ ਦਾ ਟਾਈਮ ਢਿੱਲੇ ਪੈ ਗਏ ਹੋ। ਵਾਹਿਗੁਰੂ 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 ਕਰੋ ਇਕੱਠਾ, ਕਰੋ ਇਕੱਠਾ। ਵਾਹਿਗੁਰੂ 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 ਧੀਓ ਝੋਲੀਆਂ ਭਰ ਕੇ ਖੜੀਆਂ ਮੇਰੀਆਂ ਬੱਚੀਆਂ, ਮੇਰੇ ਵੀਰ ਵੀ, ਸੱਚਮੁੱਚੀ ਜੇਬ ਖੋਲਿਓ, ਘਰ ਜਾ ਕੇ ਕੁਝ ਲੈ ਕੇ ਆਇਆ। ਵਾਹਿਗੁਰੂ 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 ਗੁਰੂ 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 ਥੋੜਾ ਉੱਚੀ ਬੋਲੋ ਪੁੱਤ, ਥੋੜਾ ਉੱਚੀ ਬੋਲੋ, ਮੇਰਾ ਬਾਪੂ ਖੁਸ਼ ਹੋਊਗਾ। ਅਕਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੱਥੇ ਆਣ ਕੇ ਕਥਾ ਆਰੰਭ ਕਰਨ ਲੱਗੇ ਨਾ, ਇੱਥੇ ਸੈਕਟਰੀ ਸਾਹਿਬ ਬੈਠੇ ਆ, ਆਖੋ ਵਾਹਿਗੁਰੂ। ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਸਮਾਗਮ ਕਿਸ ਸੰਬੰਧ ਵਿੱਚ ਤੁਸੀਂ ਕਰਾ ਰਹੇ ਹੋ, ਕਿਸੇ ਗੁਰਪੁਰਬ ਨੂੰ ਸਮਰਪਿਤ ਆ, ਕਿਸੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ। ਅਤੇ ਉਹਨਾਂ ਦਾ ਇੱਕ ਬੜਾ ਸੋਹਣਾ ਜਵਾਬ ਸੀ, ਸਰਬੱਤ ਦੇ ਭਲੇ ਲਈ। ਹੁਣ ਮੈਨੂੰ ਗੁਰੂ ਨਾਨਕ ਨੇ ਦੱਸਿਆ ਵੀ ਸਰਬੱਤ ਦਾ ਭਲਾ ਤਾਂ ਨਾਨਕ ਨਾਮ ਚੜ੍ਹਦੀ ਕਲਾ ਨਾ ਤੇ ਸਾਖੀ ਸੁਣਾਇਆ ਹੀ ਸਰਬੱਤ ਦਾ ਭਲਾ ਹੋਣਾ ਹੀ। ਸਾਖੀ ਪਤਾ ਨਹੀਂ ਕਿਹਨੂੰ ਸਮਝ ਲੱਗਦੀ ਅਤੇ ਕਿਹਨੂੰ ਨਹੀਂ, ਪਤਾ ਲੱਗ ਰਿਹਾ ਜੀ ਕਿਹਨੂੰ ਸਮਝ ਲੱਗਦੀ ਅਤੇ ਕਿਹਨੂੰ ਨਹੀਂ ਲੱਗਦੀ। ਨਾ ਤੂੰ ਕਿੰਨੇ ਪ੍ਰਮਾਣ ਦਏਗਾ, ਪਤਾ ਨਹੀਂ ਕਿਸੇ ਦੀ ਸੁਰਤ ਜੁੜੀ ਆ ਕਿ ਨਹੀਂ, ਪ੍ਰਮਾਣ ਦਾ ਪਤਾ ਲੱਗ ਰਿਹਾ ਕਿ ਨਹੀਂ। ਉਸੇ ਵੇਲੇ ਦਾਸ ਨੂੰ ਹੁਕਮ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੀ ਭਾਈ ਜੇ ਸਾਰੀ ਸੰਗਤ ਜਿਹੜੀ ਕੋਈ ਧੀ ਆਈ, ਜਿਹੜਾ ਵੀਰ ਆਇਆ ਦੂਰੋਂ ਨੇੜਿਓਂ ਪਿੰਡਾਂ 'ਚੋਂ ਚੱਲ ਕੇ, ਜੇ ਇਹਨਾਂ ਸਾਰਿਆਂ ਦਾ ਭਲਾ ਕਰਨਾ ਚਾਹੁੰਦਾ ਹੈ ਤਾਂ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ। ਸੁਖਮਨੀ ਸਾਹਿਬ ਪੜ੍ਹੋ, ਪ੍ਰਭ ਕਹਿ, ਫਿਰ ਬੋਲੋ, ਇੱਕ ਪਰਮੇਸ਼ੁਰ ਦਾ ਸਿਮਰਨ ਆ ਜਿਹੜਾ ਇਹਨਾਂ ਰੂਹਾਂ ਨੂੰ ਕਰਾ ਦੇ, ਇਹਨਾਂ ਦਾ ਭਲਾ ਹੋਜੂ। ਮੈਂ ਨਹੀਂ ਕਹਿ ਰਿਹਾ, ਪਹਿਲੀ ਅਸ਼ਟਪਦੀ ਵਿੱਚ ਕੀ ਲਿਖਿਆ ਹੈ, ਪ੍ਰਭ ਕੈ ਸਿਮਰਨ ਹੋਏ। ਸਾਰੇ ਨਹੀਂ ਬੋਲਦੇ, ਜਾਂਦੇ ਸੁਖਮਨੀ ਸਾਹਿਬ ਪੜ੍ਹਦੇ ਨੇ। ਹੁਣ ਤਾਂ ਆਪਾਂ ਸੁਖਮਨੀ ਸਾਹਿਬ ਵੀ ਇੱਕ ਪਾਠੀ ਸਾਹਿਬ ਨੂੰ ਲਿਆ ਕੇ ਅੱਠਵੇਂ ਦਿਨ ਘਰ ਦੇ ਵਿੱਚ ਕਰਾ ਲੈਂਦੇ, ਇੱਕ ਘੰਟੇ ਦਾ ਅਖੰਡ ਪਾਠ ਸਾਹਿਬ ਤੋਂ ਸੁਖਮਨੀ ਸਾਹਿਬ 'ਤੇ ਆ ਗਏ, ਸੁਖਮਨੀ ਸਾਹਿਬ ਤੋਂ ਚੌਪਈ ਸਾਹਿਬ 'ਤੇ ਆ ਜਾਓ, ਚੌਪਈ ਸਾਹਿਬ ਤੋਂ ਆਖੇ ਨਹੀਂ ਉਤਰਾ ਹੀ ਚੱਲਦਾ। ਕਿੱਥੇ 48 ਘੰਟੇ ਘਰ ਦੇ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਸੀ,
ਇੱਕ ਓਂਕਾਰ ਤੋਂ 1430 ਅੰਗ ਤੱਕ ਬੜੇ ਬੜੇ ਬਜ਼ੁਰਗ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਰਜਾਈਆਂ ਵਿੱਚ ਲੱਤਾਂ ਪਾ ਕੇ ਬਾਬੇ ਫਰੀਦ ਦੀ ਬਾਣੀ, ਬਾਬੇ ਕਬੀਰ ਦੀ ਬਾਣੀ ਸੁਣਦੇ ਸੀ। ਹੁਣ ਇੱਕ ਨਵਾਂ ਚੱਲ ਪਿਆ ਸੁਖਮਨੀ ਸਾਹਿਬ ਦਾ ਪਾਠ, ਅਖੰਡ ਪਾਠ ਸਾਹਿਬ ਸੁਣੇ ਸੀ, ਸਹਿਜ ਪਾਠ ਸੁਣੇ ਸੀ, ਆਖੋ ਵਾਹਿਗੁਰੂ ਉੱਚੀ ਬੋਲਿਆ ਕਰੋ, ਸਹਿਜ ਪਾਠ ਸੁਣੇ ਸੀ, ਸ੍ਰੀ ਅਖੰਡ ਪਾਠ ਸਾਹਿਬ ਸੁਣੇ ਸੀ। ਹੁਣ ਇੱਕ ਘੰਟੇ 'ਚ ਕੰਮ ਨਿਬੇੜਨਾ ਹੈ, ਇੱਕ ਘੰਟੇ 'ਚ ਪਾਠੀ ਸਾਹਿਬ ਇਤਨਾ ਹੀ ਨਹੀਂ, ਪਾਠੀ ਸਾਹਿਬ ਆਵੇ, ਸੁਖਮਨੀ ਸਾਹਿਬ ਸ਼ੁਰੂ ਹੋਵੇ, ਉਹਨੇ ਚਿਰ ਨੂੰ ਤੁਸੀਂ ਚਾਹ ਪਾਣੀ ਪਿਆ ਲਓ, ਬਾਹਰ ਇੱਕ ਟੈਂਟ ਲੱਗਾ, ਉੱਥੇ ਪਕੌੜੇ ਖਵਾਏ ਜਾ ਰਹੇ, ਬਰਫੀ ਖਵਾਈ ਜਾ ਰਹੀ। ਆ ਗਏ ਜੀ ਉੱਥੇ, ਜੀ ਸੁਖਮਨੀ ਦੇ ਪਾਠ 'ਤੇ ਗਏ ਸਾਂ। ਸੁਖਮਨੀ ਸਾਹਿਬ ਮੇਰੀ ਜਿੰਦ ਜਾਨ ਬਾਣੀ ਹੈ, ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਹੈ, ਮਗਰ ਸੁਖਮਨੀ ਸਾਹਿਬ ਦਾ ਅਖੰਡ ਪਾਠ ਕਿਤੇ ਨਹੀਂ ਲਿਖਿਆ। ਇੱਕ ਘੰਟੇ 'ਚ ਅਸੀਂ ਵਿਹਲਾ ਹੋਣਾ ਚਾਹੁੰਦੇ, ਚਲੋ ਜੇ ਸੁਖਮਨੀ ਸਾਹਿਬ ਵੀ ਪੜ੍ਹਦੇ ਹੋ ਤਾਂ ਉਹਦੇ ਵਿੱਚੋਂ ਹੀ ਦਾਸਰਾ ਪੜ੍ਹ ਰਿਹਾ, ਪ੍ਰਭ ਪਹਿਲੀ ਅਸ਼ਟਪਦੀ ਪ੍ਰਭ ਕਹਿ ਸਿਮਰਨ ਹੋਏ। ਦੁਨੀਆਂ ਦੇ ਲੋਕੋ ਤੁਹਾਨੂੰ ਮੈਸੇਜ ਦੇ ਰਿਹਾ, ਜੇ ਸਾਰੇ ਆਪਣਾ ਭਲਾ ਕਰਨਾ ਚਾਹੁੰਦੇ ਜੇ ਤਾਂ ਵਾਹਿਗੁਰੂ 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 ਵਾਹਿਗੁਰੂ, ਚਲੋ ਸੁਖਮਨੀ ਸਾਹਿਬ ਦਾ ਕਹਿਣਾ ਹੀ ਮੰਨ ਲਓ, ਗੁਰੂ ਵਾਹਿਗੁਰੂ 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 ਵਾਹਿ, ਖੁੱਲ੍ਹ ਕੇ ਜੇ ਕਿਤੇ ਥੋੜ੍ਹੀ ਜਿਹੀ ਉੱਚੀ ਬੋਲੋ ਨਾ, ਸੱਚੀ ਮੁੱਚੀ ਦੁੱਖ ਦਲਿੱਦਰ ਇਸ ਇਲਾਕੇ 'ਚੋਂ ਦੌੜ ਜਾਣਾ। ਵਾਹਿਗੁਰੂ 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 ਵਾਹਿਗੁਰੂ, ਹਾਂ ਹਾਂ ਹਾਂ, ਗੁਰੂ ਪੂਰਾ ਗੁਰੂ ਸ਼ਬਦ, ਗੁਰੂ ਗੁਰੂ ਵੇਖੇ ਵਿਕਸੇ, ਵੇਖ ਰਿਹਾ ਤੇ ਖੁਸ਼ ਹੋ ਰਿਹਾ, ਗੁਰੂ ਮੇਰੇ ਪੁੱਤ ਮੇਰੇ ਕਹਿਣ ਤੇ ਲੱਗ ਗਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੇਰੀਆਂ ਧੀਆਂ ਮੇਰਾ ਪਰਿਵਾਰ ਮੇਰੇ ਕਹਿਣ 'ਤੇ ਲੱਗ ਗਿਆ, ਕਿ ਗੁਰੂ ਨੂੰ ਪਤਾ ਵੀ ਭਲਾ ਨਾਮ ਨਾ ਹੋਣਾ। ਬੜੀ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ, ਗੁਰੂ ਨੂੰ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿੰਦਾ। ਵਾਹਿਗੁਰੂ 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 ਵਾਹਿਗੁਰੂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ 3-4-5 ਭੈਣਾਂ ਜੁੜੀਆਂ ਬੈਠੀਆਂ ਨੇ, ਮੈਂ ਸਾਰੀਆਂ ਨੂੰ ਬੇਨਤੀ ਕਰਕੇ ਪੁੱਛਦਾ ਹਾਂ ਵੀ ਤੁਹਾਡੇ ਘਰ ਵਿੱਚ ਇੱਕ ਕੱਪੜਾ ਪਿਆ ਜਿਹੜਾ ਬਹੁਤ ਗੰਦਾ ਹੈ, ਜਿਹੜਾ ਉਹਨੂੰ ਜਦੋਂ ਸਾਬਣ ਲਾਉਂਦੀਆਂ, ਜੇ ਤੁਹਾਡੇ ਕੋਲੋਂ ਜਵਾਬ ਮੰਗਣਾ ਵਾ ਆਪਣੀਆਂ ਭੈਣਾਂ ਮਾਤਾਵਾਂ ਵੱਲੋਂ, ਜਦੋਂ ਸਾਬਣ ਲਾਉਂਦੀਆਂ ਬਹੁਤੇ ਮੈਲੇ ਕੱਪੜੇ ਨੂੰ ਪੋਲਾ ਪੋਲਾ ਕੇ ਨੱਪ ਕੇ ਬੋਲਦੀਆਂ ਨੇ, ਕਿਉਂ
ਅਤੇ ਆਹ ਮਨ ਤਾਂ ਕਈ ਜਨਮਾਂ ਦਾ ਮੇਲਾ ਹੈ, ਇਹਨੂੰ ਜਿਹੜਾ ਵਾਹਿਗੁਰੂ ਦੇ ਨਾਮ ਦਾ ਸਾਬਣ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਦਾ ਨਾ ਨਾ ਲਾਓ ਨਾ ਘੁੱਟ ਕੇ ਵਾਹਿਗੁਰੂ ਵਾਹਿਗੁਰੂ ਕਰ ਦਿਓ ਇਹਨੂੰ ਸ਼ੁੱਧ ਵਾਹਿਗੁਰੂ 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 ਆਹ ਰਹੋ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਨਾ ਫਰੀਦਕੋਟ ਦੇ ਕੋਲ ਇੱਕ ਪਿੰਡ ਆ, ਮਮਦੋਟ ਆ, ਫਿਰੋਜ਼ਪੁਰ ਦੇ ਕੋਲ, ਆਖੋ ਵਾਹਿਗੁਰੂ। ਉੱਥੇ ਇੱਕ ਘਰ 'ਚ ਦਾਸ ਜਾਂਦਾ ਹੈ ਕਦੀ ਕਦੀ, ਕਦੀ ਕਦੀ ਉੱਧਰਲੇ ਪਾਸੇ ਜਾਵਾਂ ਅਤੇ ਪ੍ਰਸ਼ਾਦਾ ਛਕਦਾ ਡੇਰਿਆਂ 'ਚ ਘਰ ਆ ਉਹਨਾਂ ਦਾ, ਬਾਹਰ ਖੇਤਾਂ 'ਚ ਉਹਨਾਂ ਦੀ ਇੱਕ ਨੂੰਹ ਰਾਣੀ ਆ ਮਨਜੀਤ ਕੌਰ, ਆਖੋ ਵਾਹਿਗੁਰੂ। ਜਦੋਂ ਮੈਂ ਪਹਿਲੀ ਵਾਰ ਉਹਨਾਂ ਦੇ ਘਰ ਜਥੇ ਸਮੇਤ ਸਿੰਘਾਂ ਸਮੇਤ ਗਏ ਹਾਂ ਅਤੇ ਜਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਇੱਥੋਂ ਤੱਕ ਪਟਕਾ ਵੱਧਾ ਸੀ ਬੀਬਾ ਰਾਣੀ ਨੇ ਜੂੜੇ 'ਤੇ ਵਲਟਿਆ ਪਿੱਛੇ, ਅਤੇ ਦਾਸ ਨੇ ਪੁੱਛਿਆ ਮਨਜੀਤ ਕੌਰ ਠੀਕ ਠਾਕ ਹੋ, ਅਤੇ ਮਨਜੀਤ ਕੌਰ ਕਹਿੰਦੀ ਚੜ੍ਹਦੀ ਕਲਾ। ਮੈਂ ਮਿੱਠਾ ਪਾਣੀ ਪੂਣੀ ਪੀਤਾ, ਮੈਂ ਕਿਹਾ ਧੀਏ ਚੇਤੇ ਰੱਖਿਓ ਜੀ ਆਪੇ ਪੀਲੀ ਪੱਗ ਵਾਲੇ, ਧੀਏ ਤੁਹਾਨੂੰ ਕਹਿ ਰਿਹਾ, ਧੀਏ ਬੜਾ ਅੰਦਰੋਂ ਜਾ ਕੇ ਆਖੇ ਚੜ੍ਹਦੀ ਕਲਾ ਕੋਈ ਖਾਸ ਕਰਨਾ। ਕਹਿੰਦੀ ਖਾਲਸਾ ਜੀ ਗੱਲ ਇਹ ਆ ਵੀ ਸਾਡਾ ਪੜਦਾਦਾ ਸਹੁਰਾ ਸੀ ਨਾ ਜਿਹੜਾ, ਪੜਦਾਦਾ ਸਹੁਰਾ ਖੇਤਾਂ ਵਿੱਚ ਕੰਮ ਕਰਦਾ ਸੀ, ਆਖੋ ਵਾਹਿਗੁਰੂ, ਅਤੇ ਉਹਨੂੰ ਇੱਕ ਫਕੀਰ ਮਿਲਿਆ, ਸੁਣੋਤੀ ਹੋ ਸੁਣੋ ਧਿਆਨ, ਉਹਨਾਂ ਨੂੰ ਇੱਕ ਫਕੀਰ ਮਿਲਿਆ, ਕਹਿੰਦੀ ਪੜਦਾਦੇ ਸਹੁਰੇ ਨੇ, ਉਹਨੇ ਪੁੱਛਿਆ ਸੁਣਾ ਵੀ ਬੰਤਾ ਸਿੰਘ ਕੀ ਹਾਲ ਆ ਪਰਿਵਾਰ ਦਾ, ਆਖੋ ਵਾਹਿਗੁਰੂ, ਉੱਚੀ ਬੋਲੋ ਜ਼ਿੰਦਗੀ ਜਿੱਡਾ। ਠੰਡਾ ਸਾਹ ਲੈ ਕੇ ਬੰਤਾ ਸੋਹਣੇ ਆਖਿਆ ਬਾਬਾ ਜੀ ਘਰ ਦੀ ਹਾਲਤ ਕੀ ਦੱਸਾਂ ਬੜੀ ਮਾੜੀ ਹੈ, ਕੀ ਹੋਇਆ ਕੀ ਹੋਇਆ, ਪੁੱਛਦਾ ਫਕੀਰ। ਕਹਿੰਦਾ ਜੀ ਇੱਕ ਡੰਗਰ ਬਿਮਾਰ ਹੁੰਦਾ ਹੈ ਉਹ ਥੋੜ੍ਹਾ ਜਿਹਾ ਰਾਜੀ ਹੁੰਦਾ, ਦੂਸਰਾ ਬਿਮਾਰ ਹੋ ਜਾਂਦਾ ਹੈ, ਕਦੀ ਨਿਆਣੇ ਬਿਮਾਰ ਹੋ ਜਾਂਦੇ ਨੇ, ਘਰ ਦੀ ਇਹ ਹਾਲਤ ਹੈ। ਅਤੇ ਫਕੀਰ ਨੇ ਆਖਿਆ ਦਵਾਈ ਦਾ, ਬੋਲੋ ਕੀ ਆਖਿਆ, ਦਵਾਈ ਦੱਸਾਂ ਦਵਾਈ ਦੇਵਾਂ। ਅਤੇ ਬੰਤਾ ਸੋਹਣੇ ਆਖਿਆ ਹੱਥ ਜੋੜ ਕੇ ਬੇਨਤੀ ਹੈ ਜੇ ਬਿਮਾਰੀਆਂ ਸਾਡੇ ਗਲੋਂ ਲੱਥ ਜਾਣ ਤਾਂ ਤੁਹਾਡੀ ਬੜਾ ਧੰਨਵਾਦ, ਜਿਹੜੀ ਉਹਨੇ ਦਵਾਈ ਦਿੱਤੀ ਅੱਜ ਤੁਸੀਂ ਵੀ ਲੈ ਜਾਓ, ਲੈ ਜਾਓਗੀਆਂ। ਚਲੋ ਮਨਜੀਤ ਕੌਰ ਨਹੀਂ ਸਰਜੀਤ ਕੌਰ ਹੋਊਗੀ, ਬਲਵੰਤ ਕੌਰ ਹੋਊਗੀ, ਬੀਬੀਆਂ ਤਾਂ ਉਹੀ ਹੋ, ਸੁਣ ਲਓ ਜਿਹੜੀ ਦਵਾਈ ਫਕੀਰ ਨੇ ਉਹਨੂੰ ਦਿੱਤੀ, ਆਖੋ ਵਾਹਿਗੁਰੂ। ਆਂਦੀ ਬੰਤਾ ਸੋਨੂੰ ਉਸ ਫਕੀਰ ਨੇ ਆਖਿਆ ਵੀ ਰਹਿ ਰਸ ਦੀ ਬਾਣੀ ਪੜ੍ਹਦੇ ਹੋ, ਇੱਕ ਬੋਲ ਬੋਲੋ ਕੀ ਆਖਿਆ, ਹੱਥ ਖੜਾ ਕਰੋਗੇ ਤੁਹਾਡੇ ਚੋਂ ਕੌਣ ਕੌਣ ਪੜ੍ਹਦਾ, ਛਾਵਾ 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 ਛਾਵਾ, ਐਵੇਂ ਨਾ ਕਰਿਓ, ਗੁਰੂ ਨਾਨਕ ਜਾਣਦਾ ਜੇ, ਪੜ੍ਹਿਆ ਕਰੋ
ਕਰ ਲਓ, ਕੋਈ ਨਹੀਂ, ਪੜ੍ਹਿਆ ਕਰੋ ਜ਼ਰੂਰ, ਰਹਿ ਰਸ ਜ਼ਰੂਰ ਪੜ੍ਹਨੀ, ਰਹਿ ਰਾਸ ਰਹਿ। ਤੁਸੀਂ ਕਹਿੰਦੇ ਨਹੀਂ ਫਲਾਣੇ ਨਾਲ ਮੇਰੀ ਰਾਸ ਨਹੀਂ ਰਲਦੀ, ਜਿਹੜਾ ਰਹਿ ਰਸ ਕਰਦਾ ਉਹਦੀ ਰੱਬ ਨਾਲ ਰਾਸ ਰਲਦੀ, ਉਹਦੇ ਘਰ 'ਚ ਬੜੀਆਂ ਬਰਕਤਾਂ ਆਉਂਦੀਆਂ। ਆਖੋ ਵਾਹਿਗੁਰੂ। ਜਿੱਦਣ ਕੋਈ ਜੀਵ ਆਤਮਾ ਕਹਿੰਦੀ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੂ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸ਼ਰਨਾਈ ਕਰ ਦਇਆ ਨਾਮ ਪਰ। ਜਦੋਂ ਕੋਈ ਇੱਥੋਂ ਉੱਠ ਕੇ ਆਤਮਾ ਪੁਕਾਰਦੀ ਮੇਰੇ ਮੀਤ ਗੁਰਦੇਵ ਮੌਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ। ਉਹਨੇ ਕਿਹਾ ਰਹਿ ਰਸ ਪੜ੍ਹਦੇ ਹੋ? ਬੰਤਾ ਸੋ ਕਹਿਣ ਲੱਗਾ ਨਹੀਂ ਜੀ, ਘਰ 'ਚ ਰਹਿ ਰਸ ਕੋਈ ਨਹੀਂ ਪੜ੍ਹਦਾ। ਆਖੋ ਵਾਹਿਗੁਰੂ। ਇੱਕ ਤਕੀਦ ਕਰ ਗਿਆ ਵੀ ਜਿਹੜੀ ਘਰ ਦੇ ਵਿੱਚ ਸਭ ਤੋਂ ਵੱਡੀ ਨਾ ਹੋਵੇ, ਲੱਕ ਸਿੱਧਾ ਕਰੋ ਪੁੱਤ ਮੇਰੇ ਵੱਲ ਵੇਖੋ ਇੱਧਰ, ਜਿਹੜੀ ਘਰ ਵਿੱਚ ਸਭ ਤੋਂ ਵੱਡੀ ਨਾ ਹੋਵੇ ਉਹ ਅੱਗੇ ਅੱਗੇ ਪੜ੍ਹਿਆ ਕਰੇ ਅਤੇ ਦੂਸਰਾ ਪਰਿਵਾਰ ਪਿੱਛੇ ਪਿੱਛੇ ਪੜ੍ਹਿਆ ਕਰੇ ਅਤੇ ਰੋਜ਼ ਪੜ੍ਹਿਆ ਕਰੋ, ਹਮਰੀ ਕਰੋ ਪੂਰਨ ਹੋਏ ਤਬ ਚਰਨਨ ਮਨ ਆਪਣਾ ਜਾਣ ਹਮਰੇ ਦੁਸ਼ਟ ਆਪ ਕਹੋ ਹਾਂ ਕਿਤੇ ਰੋਜ਼ ਅਤੇ ਬਚਾਓ ਨਾ। ਉਹ ਜਿਹੜਾ ਮੋਰਚੇ 'ਤੇ ਬੈਠੇ ਜੇ ਨਾ, ਜਿੰਨੀ ਵਾਰ ਉਹਨਾਂ ਨੇ ਸਲਾਹ ਕੀਤੀ ਨਾ ਵੀ ਆਰਮੀ ਭੇਜ ਕੇ ਗੋਲੀ ਚਲਾ ਦਈਏ, ਤੁਹਾਡੇ ਵਿੱਚ ਅਤੇ ਗੋਲੀ ਚਲਾਉਣ ਵਾਲਿਆਂ ਵਿੱਚ ਕੋਈ ਹੱਥ ਕਰਕੇ ਖਲੋਤਾ ਹੈ? ਐਵੇਂ ਨਹੀਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਉਹਦੀਆਂ। ਕਿਤੇ ਕਵੇ ਤੇ ਸਹੀ ਸਿੱਖ ਹਮਰੀ ਕਰੋ ਪੂਰਨ ਹੋਏ ਤਬ ਚਰਨਨ ਮਨ ਆਪਣਾ ਜਾਣ ਹਮਰੇ ਦੁਸ਼ਟ ਆਪ ਆਪ ਹੱਥ ਦੇ ਕਹੇ ਤੇ ਸਹੀ। ਬੀਬੀ ਰਾਣੀ ਨੇ ਮਨਜੀਤ ਕੌਰ ਕਹਿੰਦੀ ਵੀ ਮੇਰੀ ਸੱਸ ਜਿਹੜੀ ਸੀ ਨਾ ਉਹ ਵੱਡੀ ਨੂੰਹ ਸੀ, ਉਹਨੇ ਅੱਗੇ ਅੱਗੇ ਰਹਿ ਰਸ ਪੜ੍ਹਨੀ ਅਤੇ ਸਾਰੇ ਪਰਿਵਾਰ ਨੇ ਪੜ੍ਹਨੀ। ਇਹ ਸਾਡੀ ਤੀਸਰੀ ਪੀੜ੍ਹੀ ਹੈ ਬਾਬਾ ਜੀ, ਕੋਈ ਦਿਨ ਨਹੀਂ। ਅਤੇ ਫਿਰ ਇਹ ਵੀ ਪੱਕੀ ਕੀਤੀ ਸਾਰੇ ਟੱਬਰ ਨੇ ਬਹਿ ਕੇ ਪੜ੍ਹਨੀ, ਇਹ ਨਹੀਂ ਕੋਈ ਖੁਰਲੀ 'ਤੇ ਪੜ੍ਹ ਰਿਹਾ ਕੋਈ ਟੂਟੀ 'ਤੇ ਪੜ੍ਹ ਰਿਹਾ ਨਾ, ਸਾਰੇ ਟੱਬਰ ਨੇ ਇੰਨਾ ਕੁ ਟਾਈਮ ਗੁਰੂ ਲਈ ਕੱਢ ਲੈਣਾ ਹੈ ਅਤੇ ਚੌਂਕੜਾ ਮਾਰ ਕੇ ਸਾਰਿਆਂ ਨੇ ਕਹਿਣਾ ਹੈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ। ਅਤੇ ਅੱਜ ਤੱਕ ਹੁਣ ਤਿੰਨ ਪੀੜ੍ਹੀਆਂ ਤੋਂ ਸੁਣਿਓ, ਹੁਣ ਤਿੰਨ ਪੀੜ੍ਹੀਆਂ ਤੋਂ ਖਾਲਸਾ ਜੀ ਸਾਡੇ ਘਰ 'ਚ ਕਿਸੇ ਨੂੰ ਬੁਖਾਰ ਨਹੀਂ ਚੜਿਆ, ਸਾਡੀ ਫਸਲ ਕਦੀ ਖਰਾਬ ਨਹੀਂ ਹੋਈ, ਸਾਡਾ ਡੰਗਰ ਕਦੀ ਬਿਮਾਰ ਨਹੀਂ ਹੋਇਆ, ਸਾਡੇ ਘਰ ਕਦੀ ਕੋਈ ਦੁੱਖ ਆਇਆ ਹੀ ਨਹੀਂ ਜਿੱਦਣ ਤੋਂ ਸਾਡੇ ਘਰ ਰਹਿ ਰਾਸ ਦੀ ਬਾਣੀ ਪੜ੍ਹੀ ਜਾਂਦੀ। ਗੱਲ ਤੇ ਜੈਤਨ ਬਾਣੀ ਗੱਲ ਤੇ ਸੱਜਣੋ ਇੱਥੇ ਵੀ ਆ ਗਈ ਹੈ ਨਾ, ਜੇ ਟਰੈਕਟਰ ਲੱਗੇ ਨੇ ਤੁਹਾਡੇ ਤੇ ਉੱਤੇ ਗੰਦੇ ਗੀਤ ਲੱਗੇ, ਆਹ ਜਿਹੜੇ ਮੇਰੀ ਉਮਰ ਦੇ ਨੇ ਇਹਨਾਂ ਨੂੰ ਪੁੱਛੋ, ਮੇਰੀ ਤਾਂ ਨਹੀਂ, ਮੇਰੇ ਤੋਂ ਮੇਰਾ ਪਿਓ ਜਦਨ ਕਦੀ ਪੈਲੀ ਝਾਲ ਜਿਹਾ ਲੈ ਕੇ ਜਾਂਦਾ ਸੀ, ਮੈਂ ਨਿੱਕਾ ਜਿਹਾ ਜਾਂਦਾ ਕਿਤੇ ਨਾਲ ਚੱਲ ਜੀਦਾ ਸੀ, ਪਹਿਲਾਂ ਸਿਆੜ ਲੈਣ ਦੇ ਵੇਲੇ ਉਹਨੇ ਮੂਲ ਮੰਤਰ ਦਾ ਪਾਠ ਕਰਨਾ, ਕਰਦੇ ਸੀ ਕਿ ਨਹੀਂ ਬੋਲੋ, ਕੀ ਕਹਿੰਦੇ ਸੀ, ਵਾਹਿਗੁਰੂ ਵਾਹਿਗੁਰੂ ਪੰਜ ਵਾਰ ਅਨਪੜ੍ਹ ਹੋਣੇ ਅਤੇ ਵਾਹਿਗੁਰੂ ਵਾਹਿਗੁਰੂ ਕਹਿਣਾ। ਕਦੀ ਘਰ 'ਚ ਇੰਨੀਆਂ ਬਿਮਾਰੀਆਂ ਨਹੀਂ ਸੀ ਆਉਂਦੀਆਂ, ਇੰਨੇ ਦੁੱਖ ਨਹੀਂ ਸੀ ਆਉਂਦੇ, ਇੰਨੇ ਬੱਚੇ ਨਹੀਂ ਸੀ ਵਿਗੜਦੇ, ਇੰਨੀਆਂ ਪ੍ਰੋਬਲਮਾਂ ਨਹੀਂ ਸੀ ਆਉਂਦੀਆਂ। ਇਹ ਸਾਰੇ ਦਾ ਕਾਰਨ ਤਾਂ ਸੱਜਣੋ ਇਸ ਮੇਲੇ 'ਚ ਬਾਪ ਦੀ ਬਾਂਹ ਛੁੱਟ ਜਾਣੀ, ਇਸ ਮੇਲੇ 'ਚ ਬਾਪ ਦੀ ਬਾਂਹ ਛੁੱਟ ਗਈ। ਆਓ ਫੜ ਲਓ ਫੇਰ, ਦਿਲ ਕਰ ਗਈ ਤੁਮਾਰੀ ਲੂਕ,
ਦ੍ਰਿੜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਫੜ ਲਓ, ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਰੱਬ ਦੀ ਬਾਣੀ ਪੜ੍ਹਿਆ ਕਰੋ, ਕਿਉਂਕਿ ਤੁਸੀਂ ਆਏ ਵੀ ਇਸੇ ਕਰਕੇ ਹੋ। ਤੁਹਾਨੂੰ ਮੇਰਾ ਗੁਰੂ ਰਿਮਾਇੰਡ ਕਰਾਉਂਦਾ, ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤਿਆਏ। ਸ਼ੋ ਖੁਸ਼ ਹੋ ਕੇ ਵੇਖੇ, ਇੱਕ ਇੱਕ ਧੀ ਦੀ ਗੁਠਲੀ ਦੇ ਵਿੱਚੋਂ ਨਿਤਨੇਮ ਨਿਕਲੇ, ਇੱਕ ਇੱਕ ਵੀਰ ਦੀ ਗੁਥਲੀ ਦੇ ਵਿੱਚੋਂ। ਬਾਣੀ 'ਚ ਲਿਖਿਆ ਜੇ, ਕਹੋ ਨਾਨਕ ਸਮਝ ਰੇ ਇਆਣੇ, ਆਜ ਕਾਲ ਖੁੱਲੇ ਤੇਰੀ ਗੰਠਲੀ। ਇਹ ਨਾ ਕਹੀ ਵੀ ਤੇਰੀ ਗੱਠ ਕਿਸੇ ਨੇ ਖੋਲ੍ਹਣੀ ਨਹੀਂ, ਹਰ ਬੰਦੇ ਦੀ ਖੁੱਲ੍ਹਣੀ ਆ ਰੱਬ ਦੇ ਘਰ ਵਿੱਚ ਜਾ ਕੇ ਗੰਢ। ਕਈ ਭਾਗਾਂ ਵਾਲੇ ਹੋਣੇ ਨੇ ਜਿਨ੍ਹਾਂ ਦੀ ਗੰਢ ਖੁੱਲ੍ਹੀ ਅਤੇ ਵਿੱਚੋਂ ਪਹਿਲੀ ਪੁੜੀ ਨਿਕਲੀ ਜਪਜੀ ਸਾਹਿਬ ਦੀ, ਦੂਸਰੀ ਜਾਪ ਸਾਹਿਬ ਦੀ, ਤੀਸਰੀ ਸਵਈਆਂ ਦੀ, ਚੌਥੀ ਚੁਪਈ ਦੀ, ਅਤੇ ਪੰਜਵੀਂ ਆਨੰਦ ਦੀ, ਫਿਰ ਛੇਵੀਂ ਸੋਲ੍ਹਾਂ ਰਹਿਰਾਸ ਸਾਹਿਬ ਦੀ, ਅਤੇ ਸੱਤਵੀਂ ਸੋਲ੍ਹਾਂ ਸਾਹਿਬ ਦੀ ਨਿਕਲੀ। ਹਰ ਪੁੜੀ ਦੇ ਵਿੱਚੋਂ ਹੀ ਬਾਣੀ 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 ਨਿਕਲੀ ਉਹਨਾਂ ਘਰਾਂ ਦੇ ਵਿੱਚ। ਗੁਰ ਕੀ ਬਾਣੀ ਜਿਸ ਮਨ ਵਸੇ, ਬੋਲੋ, ਦੁੱਖ ਦਰਦ ਤੈ ਨਾਨਕ ਨਸੇ, ਦੁੱਖ ਦਰਦ ਤੈ ਨਾਨਕ, ਦੁੱਖ ਰੋਗ ਸੰਤਾਪ ਉਤਰੇ ਕਦੋਂ, ਸੁਣੀ ਸੱਚੀ ਬਾਣੀ ਤੋਂ ਟੁੱਟ ਗਿਆ ਆਪਾਂ। ਆਖੋ ਵਾਹਿਗੁਰੂ, ਜੱਜ ਕੇ ਬੋਲੋ ਨਾ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ, ਅੱਜ ਸੱਚ ਵਪਾਰ ਕਰੋ ਵਪਾਰੀ, ਵਪਾਰੀਓ ਕੁਝ ਪੱਲੇ ਸੱਚ ਬੰਨੋ, ਦਰਗੇ ਨਿਭੇ ਖੇਪ ਤੁਮਾਰੀ। ਇਹ ਜਿਹੜੀ ਤੁਹਾਡੀ ਪਾਂਡਿਆ ਦਰਗਾਹ ਤੱਕ ਚੱਲ ਜਾਏ। ਕੱਲ੍ਹ ਰਾਤੀ ਚੰਡੀਗੜ੍ਹ ਕਿਹਾ, ਆਖੋ ਵਾਹਿਗੁਰੂ, ਹੱਥ ਜੋੜ ਕੇ ਬੇਨਤੀ, ਇੱਕ ਵਾਰ ਜੁੜ ਜਾਓ, ਪੰਜ ਸੱਤ ਮਿੰਟ ਬਾਕੀ ਨੇ। ਚੰਡੀਗੜ੍ਹ ਕਿਹਾ ਵੀ ਜਿਹੜੀ ਜਿਹੜੀ ਆ ਮੇਰੀਆਂ ਭੈਣਾਂ, ਮੈਨੂੰ ਨਹੀਂ ਪਤਾ ਵਰਤ ਰੱਖਦੀਆਂ ਕਿ ਨਹੀਂ ਰੱਖਦੀਆਂ ਨੇ ਪਿੰਡਾਂ ਵਾਲੀਆਂ, ਤੁਸੀਂ ਇਕੱਲੀ ਨੇ ਕੀਤਾ, ਵੇਖੋ ਛੂਆਛਾਤ ਦੀ ਬਿਮਾਰੀ ਤਾਂ ਚੰਬੜ ਦੀ ਚੰਬੜ ਦੀ ਚੰਬੜ ਜਾਂਦੀ। ਵਰਤ ਰੱਖਦੀਆਂ ਜੇ ਤੁਹਾਨੂੰ ਪੁੱਛਿਆ, ਨਹੀਂ ਸਾਰੀਆਂ ਕਹਿੰਦੀਆਂ। ਵੈਸੇ ਗੁਰਬਾਣੀ 'ਚ ਲਿਖਿਆ ਜੇ ਜਿਹੜੀ ਵਰਤ ਰੱਖਦੀ ਉਹ ਖੋਤੀ ਬਣਦੀ, ਹੱਸਣ ਦੀ ਜਗ੍ਹਾ ਨਹੀਂ। ਆਣ ਕੇ ਪੜ੍ਹ ਲਓ, ਹਰਕਾ ਸਿਮਰਨ ਛੱਡ ਕੇ ਬੋਲੋ, ਉੱਚੀ ਬੋਲੋ। ਕਈ ਤਾਂ ਮੇਰੇ ਵੀਰਾਂ ਨੂੰ ਨਹੀਂ ਆਉਂਦੀ ਹੋਣੀ, ਚੰਗੀ ਤਰ੍ਹਾਂ ਸੁਣ ਲਓ। ਹਰਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ, ਅਹੋਈ ਰੱਖੇ, ਅਹੋਈ ਮੈਨੇ ਸ਼ੀਤਲਤਾ ਦਾ ਵਰਤ, ਸ਼ੀਤਲਤਾ ਦਾ ਵਰਤ। ਜਿਹੜੀ ਨਾਰ, ਜਿਹੜੀ ਔਰਤ ਪਰਮੇਸ਼ੁਰ ਦਾ ਸਿਮਰਨ ਛੱਡ ਕੇ, ਇੱਕ ਬਿੱਟੂ ਚੌਂਕੜਾ ਮਾਰ ਚੌ, ਜਿਹੜੀ ਸਵੇਰ ਤੋਂ ਲੈ ਕੇ ਕਹਿੰਦੀ ਮੈਂ ਰੋਟੀ ਨਹੀਂ ਖਾਧੀ, ਵਰਤ ਰੱਖ ਲਿਆ, ਅਤੇ ਮੇਰੇ ਸਾਹਿਬ ਕਹਿੰਦੇ ਉਹ ਗਧੀ ਹੋ ਕੇ ਅਵਤਰੇ। ਗਧੀ ਕਿਹਨੂੰ ਕਹਿੰਦੀਆਂ ਨੇ ਤੁਹਾਨੂੰ ਤਾਂ ਪਤਾ, ਪਿੰਡਾਂ ਦਾ ਸ਼ਹਿਰਾਂ ਦਾ ਨਹੀਂ ਪਤਾ। ਗਧੀ ਖੋਤੀ ਗੁਰਬਾਣੀ ਦਾ ਫੈਸਲਾ, ਇਹਨੂੰ ਕੋਈ ਬਦਲ ਨਹੀਂ ਸਕਦਾ। ਜਿਹੜੀ ਵਰਤ ਰੱਖਦੀ ਅਗਲੇ ਜਨਮ 'ਚ ਉਹਨੇ ਖੋਤੀ ਬਣਨਾ ਹੈ। ਅਤੇ ਖੋਤੀ ਵੀ ਬਣਾ ਕੇ ਕਿਤੇ ਮਿਊਜ਼ੀਅਮ 'ਚ ਨਹੀਂ ਖਿਲਾਰ ਦੇਣੀ। ਭਾਰ ਸਹੇ ਮਨ ਚਾਰ, ਚਾਰ ਮਣ ਪੱਕੀ ਮਿੱਟੀ ਉੱਤੇ ਲੱਦੀ, ਅਤੇ ਪਿੱਛੇ ਸੋਟੀ ਲੈ ਕੇ ਆਉਣ ਡਿਆ, ਜਰਾ ਕੁ ਟੇਢੀ ਟੂਢੀ ਹੋਈ ਪਿੱਛੋਂ ਇੱਕ ਖੜਕੀ, ਇਹ ਸਜ਼ਾ ਮਿਲਦੀ ਮੰਦੇ ਅਮਲ ਕਰੇਂਦਿਆਂ, ਇਹ ਸਜ਼ਾ ਅਤੇ ਨਾ ਇਹਨਾਂ ਨੂੰ ਸਜ਼ਾ ਮਿਲਦੀ। ਇੱਕ ਗੱਲ ਹੋਰ, ਪਹਿਲਾਂ ਤੁਰਿਆ ਤੁਰਿਆ ਜਾਂਦਾ ਸਮਾਂ ਹੋ ਚੱਲਿਆ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਕਈਆਂ ਬੀਬੀਆਂ ਦਾ ਸਵਾਏ ਟੀਕਾ ਟੂਣੇ ਕਰਨੇ ਕਰਦੀਆਂ ਜੇ, ਨਹੀਂ ਮੁੱਕਰ ਤਾਂ ਸਾਰੀਆਂ ਜਾਊਗੀਆਂ, ਅਤੇ ਚੌਂਕ ਦੇ ਵਿੱਚ ਤਾਂ ਕੋਈ ਨਾ ਕੋਈ ਪਿਆ ਹੀ ਹੁੰਦਾ ਸਿਆਪਾ,
ਕਿਸੇ ਦਾ ਨਾਰੀਅਲ ਪਿਆ ਹੁੰਦਾ, ਕਿਸੇ ਦੇ ਧਾਗੇ ਪਏ ਹੁੰਦੇ ਆ, ਕਿਸੇ ਦਾ ਕੁਛ ਪਿਆ ਹੁੰਦਾ, ਪਿਆ ਹੁੰਦਾ ਕਿ ਨਹੀਂ ਬੋਲੋ ਨਾ। ਕਈ ਵਾਰ ਤੁਰੇ ਤੁਰੇ ਜਾਂਦੇ ਆ, ਠੁੱਡ ਵੱਜਦੇ ਨਹੀਂ ਤੁਹਾਡੇ, ਅਤੇ ਉੱਤੋਂ ਤਾਂ ਨਹੀਂ ਨਹਾਉਣ ਕੇ ਸੁੱਟ ਆਉਂਦਾ ਕੋਈ। ਸਾਡੀ ਕਿਤੇ ਕੋਈ ਧੀ ਭੈਣ ਪਰਿਵਾਰ ਦੇ ਵਿੱਚੋਂ ਜਾਂਦੀ ਜਿਹੜੇ ਇਹੋ ਜਿਹੇ ਕੰਮ ਕਰਦੀ? ਇੱਥੇ ਬਾਣੀ 'ਚ ਅੱਗੇ ਲਿਖਿਆ, ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ। ਬੋਲੋ, ਰਾਤ ਨੂੰ ਰਾਹਾਂ ਦੇ ਵਿੱਚ ਦੀਵੇ ਜਗਾਉਂਦੀ ਫਿਰਦੀ, ਖੂਹਾਂ 'ਚ ਦੀਵੇ ਜਗਾਉਂਦੀ ਫਿਰਦੀ, ਕਾਹਦੇ ਲਈ? ਕਾਹਦੇ ਲਈ ਜਗਾਉਂਦੀ? ਵੀ ਮੇਰੇ ਰੱਬ ਔਲਾਦ ਬਖਸ਼ ਦੇ, ਧਿਆਨ ਦਿਓ, ਮੇਰੇ ਰੱਬ। ਅਤੇ ਕਹਿੰਦੇ ਦੀਵੇ ਜਗਾਉਣ ਵਾਲੀ ਨੂੰ ਅਗਲੀ ਜੂਨ, ਉੱਥੇ ਤਾਂ ਗਧੀ ਲਿਖਿਆ ਨਾ, ਇੱਥੇ ਲਿਖਿਆ ਸਰਪਨ ਹੋਏ ਕੇ ਉਤਰੇ। ਆ ਨਿੱਕੀਆਂ ਨਿੱਕੀਆਂ ਬੱਚੀਆਂ ਸਮਝ ਲਿਓ, ਤੁਸੀਂ ਪੁੱਤ ਅੱਗੇ ਸਮਾਜ ਬਣਨਾ। ਜਿਹੜੀ ਇਸ ਤਰ੍ਹਾਂ ਦੇ ਟੀਕੇ ਟੂਣੇ ਕਰਦੀ, ਤੈਨੂੰ ਪਤਾ ਟੀਕੇ ਟੂਣੇ ਕੀ ਹੁੰਦੇ? ਗੁਰੂ ਕਿਰਪਾ ਕਰੇ ਨਾ ਹੀ ਪਤਾ ਹੋਵੇ, ਨਹੀਂ ਤਾਂ ਆ ਬਜ਼ੁਰਗਾਂ ਦਾਦੀਆਂ ਦੂਦੀਆਂ ਨੂੰ ਪੁੱਛਣੀ। ਆਖੋ ਵਾਹਿਗੁਰੂ। ਸਰਪਨ ਹੋਏ ਕੇ ਉਤਰੇ, ਜਿਹੜੀ ਟੂਣੇ ਕਰਦੀ, ਟਵੱਚੇ ਕਰਦੀ, ਧਾਗੇ ਕਰਕੇ ਸੁੱਟਦੀ ਲੋਕਾਂ ਦੇ ਘਰਾਂ 'ਚ, ਆਖੋ ਵਾਹਿਗੁਰੂ। ਅਗਲੇ ਜਨਮ 'ਚ ਸਪਣੀ ਬਣਦੀ। ਬੋਲੋ, ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਭਾਈ ਸਾਹਿਬ ਨੂੰ ਪੁੱਛੋ। ਸਪਣੀ, ਸਰਪਨ ਹੋਏ ਕੇ ਉਤਰੇ, ਸਪਣੀ ਬਣ ਕੇ ਜਨਮ ਪੈਦਾ ਕਹਿੰਦੀ, ਅਤੇ ਫਿਰ ਜਾਏ ਆਪਣੇ ਖਾਏ। ਸਪਣੀ ਕੀ ਕਰਦੀ ਹੈ? ਜਿਹੜੇ ਬੱਚੇ ਆਪ ਹੀ ਜੰਮਦੀ, ਚੌਂਕੜਾ ਮਾਰ ਲਓ ਨਾ ਥੋੜ੍ਹਾ ਜਿਹਾ, ਥੱਕਦੇ ਬੜੀ ਛੇਤੀ ਜੇ। ਮੈਂ ਦੋ ਦੋ ਘੰਟੇ ਕਥਾ ਕਰਦਾ, ਦਿੱਲੀ ਬੰਬੇ ਇੱਥੋਂ ਨਹੀਂ ਥੱਲੇ ਉਤਰਦੇ ਲੋਕ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ, ਇੱਕ ਰਸ ਹੋ ਕੇ ਸੁਣਦੇ। ਕੀ ਬਣਦੀ ਫਿਰ ਸਪਣੀ? ਅਤੇ ਕੀ ਖਾਂਦੀ? ਆਪਣੇ ਹੀ ਬੱਚੇ। ਮੇਰੀ ਉਹ ਧੀਓ, ਤੁਸੀਂ ਪਿੰਡਾਂ ਦੀਆਂ ਰਹਿਣ ਵਾਲੀਆਂ ਜੇ, ਹੁਣ ਤਾਂ ਪੜ੍ਹ ਲਿਖ ਗਏ ਨੇ ਬੱਚੇ, ਆਖੋ ਵਾਹਿਗੁਰੂ। ਇਹ ਪਾਪ ਨਾ ਕਰਿਓ, ਕਿਸੇ ਕਦੀ ਘਰ ਕਿਸੇ ਦੇ ਧਾਗਾ ਨਾ ਸੁੱਟਣਾ। ਤੁਹਾਡੇ ਧਾਗਾ ਸੁੱਟਣ ਨਾਲ ਹੋਣਾ ਕਿਸੇ ਦਾ ਕੁਛ ਨਹੀਂ। ਨਾ 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 ਨਾ, ਕਰੇ ਕਰਾਵੇ ਆਪੇ ਆਪ, ਮਾਣਸ ਕੇ ਕਿਛ ਤਿਸਕਾ ਹੁਕਮ ਬੂਝ, ਸੁੱਖ ਹੋਏ ਤਿਸਕਾ ਨਾਮ ਰੱਖ ਕੰਠ, ਸਿਮਰ 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 ਪ੍ਰਾਪਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਗੁਰੂ ਕੇ ਸਿੱਖੋ, ਥੋੜ੍ਹਾ ਜਿਹਾ ਸਮਾਂ ਰਹਿ ਗਿਆ 5 ਮਿੰਟ ਦਾ। ਦਰਗੇ ਨੇ ਬਹੇ ਖੇਪ ਤਮਾਰੀ, ਅੱਗੇ ਵਜੇ ਬੜੇ ਸੋਹਣੇ ਬਚਨ ਕੀਤੇ, ਆਖੋ ਵਾਹਿਗੁਰੂ। ਜਿਸ ਵੱਖਰ ਕਹੋ ਲੈਣ ਤੂੰ ਆਇਆ, ਜਿਹੜਾ ਤੂੰ ਸੌਦਾ ਕਰਨ ਪਰਮਜੀਤ ਸਿੰਘ ਆ, ਮਨਜੀਤ ਸਿੰਘ ਆ ਕਰਨ ਆਇਆ ਹੈ, ਰਜਿੰਦਰ ਸਿੰਘ ਆ ਕਰਨ ਆਇਆ ਹੈ, ਸੌਦੇ ਦਾ ਨਾਮ ਹੀ ਰਾਮ ਨਾਮ। ਬੋਲੋ, ਕੀ ਸੌਦਾ ਹੈ? ਰੱਬ ਦੇ ਨਾਮ ਦਾ ਸੌਦਾ ਕਰਨ ਆਇਆ ਤੂੰ ਇਸ ਮਨੁੱਖਾ ਦੇ 'ਚ। ਮਹਾਰਾਜ, ਉਹ ਮਿਲਦਾ ਕਿੱਥੋਂ ਆ? ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ, ਉਹ ਨਾਮ ਉੱਚੀ ਬੋਲੋ, ਮਿਲਦਾ ਕਿੱਥੋਂ? ਖਾਨ ਵਾਲੋਂ ਕਿ ਕੋਟਲਿਓ? ਸੱਚੀ ਮੁੱਚੀ ਤੁਸੀਂ ਗੁੱਸਾ ਕਰੋਗੇ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਕੋਈ ਪਿੰਡ 3-4 ਪਿੰਡ ਛੱਡ ਕੇ ਕੋਈ ਨਾ ਕੋਈ ਬੈਠਾ ਨਾਮ ਦੇਣ ਵਾਲਾ ਬੈਠਾ ਕਿ ਨਹੀਂ? ਬੋਲੋ ਨਾ ਗੁਰੂ ਕਿਸ। ਅਤੇ ਨਾਮ ਦਾ ਧਨ ਗੁਰਬਾਣੀ 'ਚ ਲਿਖਿਆ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਬੋਲੋ ਭਲਾ, ਕਿ ਪਰਮਜੀਤ ਸਮਝ ਦੇ ਸਕਦਾ ਹੈ? ਬੋਲੋ ਬੋਲੋ ਨਾ, ਬੋਲਦੇ ਨਹੀਂ, ਦੇ ਸਕਦਾ? ਨਾਮ ਦੇਣ ਦਾ ਹੱਕ ਕੇਵਲ ਸਤਿਗੁਰੂ ਨੂੰ ਆ, ਅਤੇ ਸਤਿਗੁਰੂ ਹੁਣ ਇਸ ਵੇਲੇ 5 'ਚ ਵਰਤਦਾ ਹੈ। 5 ਪਿਆਰੇ ਆਉਂਦੇ, ਬਾਟਾ ਤਿਆਰ ਕਰਦੇ, ਅਮਰ ਦੀ ਦਾਤ ਦਿੰਦੇ ਅਤੇ ਨਾਮ ਦ੍ਰਿੜ ਕਰਾਉਂਦੇ। ਇੱਕ ਬੰਦਾ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ। ਤੁਹਾਡੇ ਵਿੱਚੋਂ ਪਤਾ ਨਹੀਂ, ਮੈਂ ਨਾਮ ਤਾਂ ਹੀ ਨਹੀਂ ਲਿਆ
ਵੀ ਬਹੁਤ ਸਾਰੀਆਂ ਭੈਣਾਂ ਭੈਣਾਂ ਜਿਹੜੇ ਰਾਧਾ ਸਵਾਮੀਆਂ ਦਾ ਸਤਸੰਗ ਸੁਣਦੇ ਉਹ ਦਾਸ ਦੀ ਕਥਾ ਵੀ ਸੁਣਨ ਹੁੰਦੇ ਆਖੋ ਵਾਹਿਗੁਰੂ। ਬਹੁਤ ਸਾਰੇ ਲੋਕ ਨੇ ਜਿਹੜੇ ਸੁਣਦੇ, ਅਤੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਦਿਲ ਦੁਖੇ, ਮਗਰ ਨਾਮ ਤਾਂ ਲੋਕਾਂ ਲਿਆ ਹੀ ਹੈ ਨਾ। ਆਖੋ ਵਾਹਿਗੁਰੂ। ਰਾਮ ਨਾਮ ਸੰਤਨ ਘਰ ਪਾਇਆ, ਸਤਸੰਗਤ ਵਿੱਚੋਂ ਮਿਲਦਾ, ਪੰਜ ਪਿਆਰਿਆਂ ਕੋਲੋਂ ਮਿਲਦਾ। ਤਜ ਅਭਿਮਾਨ ਲਿਓ ਮਨ ਮੋਲ, ਅਹੰਕਾਰ ਛੱਡ, ਵੇਖ ਤੇਰੀਆਂ ਝੋਲੀਆਂ ਭਰਦੀਆਂ। ਲਾਦ ਖੇਪ ਆਉਂਦੀ ਸੁਖਮਣੀ ਸਾਹਿਬ ਪੜ੍ਹੋ ਨਾ, ਲਾਦ ਖੇਪ ਸੰਤੈ ਸੰਗ, ਉਹਦੇ ਲਈ ਅਵਰ ਤਿਆਗ। ਇਹ ਪਹਿਲੋਂ ਜਿੰਨੇ ਵਿਖੇ ਵਿਚਾਰਾਂ ਦੇ ਤੇਰੇ ਜੰਜਾਲ ਪਏ ਨੇ, ਇਹਨਾਂ ਨੂੰ ਛੱਡ ਦੇ, ਫਿਰ ਰੱਬ ਦਾ ਨਾਮ ਮਿਲੂ। ਅਤੇ ਅੱਗੇ ਇੱਕ ਵਚਨ ਆਇਆ, ਉਹਦੇ 'ਤੇ ਮੈਂ ਤੁਹਾਨੂੰ ਖਿਲਾਰ ਕੇ ਹੁਣ ਸਮਾਪਤੀ ਕਰਨੀ ਆ। ਧੰਨ ਧੰਨ ਕਹੇ ਸਭ ਕੋਏ, ਬੋਲੋ ਹਾਂ ਉੱਚੀ ਬੋਲੋ। ਜਿੱਦਣ ਦੇ ਚਾਰ ਪੈਸੇ ਆਉਂਦੇ ਕਿਸੇ ਕੋਲ, ਤੁਸੀਂ ਦੱਸੋ ਜੀ, ਤੁਹਾਡੇ ਕੋਲ ਚਾਰ ਪੈਸੇ ਆ ਜਾਣ, ਪੱਕਾ ਬੰਨ ਲਿਓ, ਤੂੰ ਵੀ ਸੁਣ ਲਈ। ਜਿੱਦਣ ਚਾਰ ਪੈਸੇ ਆਉਂਦੇ, ਗੁਰਮੁਖੋ ਇੱਧਰ ਵੇਖੋ, ਚਾਰ ਪੈਸੇ ਆਉਂਦੇ, ਤੁਹਾਡੇ ਭਰਾ ਖੁਸ਼ ਹੁੰਦੇ ਕਿ ਔਖੇ? ਨਹੀਂ, ਮੈਨੂੰ ਸੱਚ ਦੱਸਣਾ ਹੈ। ਹੈਂ, ਤੁਹਾਡਾ ਵੱਡਾ ਘਰ ਪੈ ਜੇ, ਦਰਾਣੀ ਅਤੇ ਦੇਵਰ ਖੁਸ਼ ਹੁੰਦੇ? ਹੈਂ, ਮੂੰਹ ਤੋਂ ਤਾਂ ਕੁਝ ਬੋਲੋ। ਆਖੋ ਵਾਹਿਗੁਰੂ। ਪਰਮਜੀਤ ਸਿੰਘ ਸੁਣੋ ਸੁਣੋ ਸੁਣੋ, ਮੈਂ ਕਹਿ ਰਿਹਾ ਸਾਂ, ਜਿੱਦਣ ਚਾਰ ਦਮੜੀਆਂ ਕਿਸੇ ਸਿੱਖ ਕੋਲ ਆਉਂਦੀਆਂ, ਉਹਦੇ ਰਿਸ਼ਤੇਦਾਰ ਖੁਸ਼ ਹੁੰਦੇ ਕਿ ਔਖੇ? ਬੋਲੋ ਗਿਆਨੀ ਜੀ, ਤੁਸੀਂ ਤਾਂ ਬੋਲੋ। ਉੱਤੋਂ ਉੱਤੋਂ ਤਾਂ ਕਹਿਣਗੇ, ਆਹ ਵੀਰ ਜੀ ਘਰ ਬੜਾ ਸੋਹਣਾ ਬਣਾਇਆ, ਉੱਤੋਂ ਉੱਤੋਂ ਕਹਿਣਗੇ, ਕਿਉਂਕਿ ਪਕੌੜਾ ਹੱਥ 'ਚ ਫੜਿਆ ਨਾ। ਆਖੋ ਵਾਹਿਗੁਰੂ। ਅਤੇ ਘਰੋਂ ਬਾਹਰ ਜਾ ਕੇ ਆਖਣਗੇ, ਪਤਾ ਨਹੀਂ ਇਹਨਾਂ ਕਿੱਥੋਂ ਬਣਾ ਲਿਆ, ਆਉਂਦੇ ਕਿ ਨਹੀਂ ਬੋਲੋ ਨਾ, ਪਤਾ ਨਹੀਂ ਇਹਨਾਂ ਕੋਲ ਕਿੱਥੋਂ ਪੈਸਾ ਆ ਗਿਆ। ਮੇਰਾ ਗੁਰੂ ਕਹਿੰਦਾ ਇਹ ਚਾਰ ਪੈਸੇ ਕਮਾਇਆ ਤਾਂ ਸਾਰਿਆਂ ਨੇ ਤੈਨੂੰ ਧੰਨ ਧੰਨ ਨਹੀਂ ਉਹ ਕਹਿਣਾ, ਜੇ ਤੂੰ ਰੱਬ ਦਾ ਨਾਮ ਜਪੇ ਤੇ ਧੰਨ ਧੰਨ ਕਹੇ ਸਭ ਕੋਏ। ਮੁੱਖ ਉਜਲ ਹਰ, ਮਗਰ ਇਹ ਵਪਾਰ ਸਾਰੇ ਨਹੀਂ ਕਰਦੇ, ਇਤਨਾ ਹੀ ਹੈ। ਨਾਮ ਦਾ ਵਪਾਰ ਸਾਰੇ ਨਹੀਂ ਕਰਦੇ, ਇਹ ਵਪਾਰ ਵਿਰਲਾ ਵਪਾਰੇ। ਜਿਹੜਾ ਜਿਹੜਾ ਵਪਾਰ ਕਰਦਾ ਇਹਦਾ ਨਾਮ ਦਾ, ਉਹਨੂੰ ਮੇਰਾ ਬਾਬਾ ਕਹਿੰਦਾ ਨਾਨਕ ਤਾਂ ਕਿ ਸਦ ਬਲਹਾਰੇ, ਜਿਹੜੇ ਨਾਮ ਦਾ ਵਪਾਰ ਕਰਦੇ ਮੈਂ ਉਹਨਾਂ ਤੋਂ ਬਲਹਾਰ ਹਾਂ। ਬੋਲੋ ਜਿਹੜੇ, ਹਾਏ 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 ਹਾਏ, ਕੀ ਹੋ ਗਿਆ ਜਨਾਲੇ ਵਾਲੇ ਹੋ, ਤੁਹਾਨੂੰ ਉੱਚੀ ਬੋਲੋ ਨਾ, ਜਿਹੜੇ ਨਾਮ ਦਾ ਵਪਾਰ ਕਰਦੇ ਮੈਂ ਉਹਨਾਂ ਦੇ ਬਲਹਾਰ 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 ਜਾਣਾ ਹੈ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾ, ਹਉ ਕੁਰ ਲੈਣ ਜੋ ਤੇਰਾ ਨਾ, ਲੈਣ ਜੋ ਤੇਰਾ ਨਾ, ਲੈਣ ਗੁਰੂ ਕਿਰਪਾ ਕਰੇ। ਇਹ ਸਬਕ ਘੰਟਾ ਜਿੰਨਾ ਦਾਸ ਕੋਲੋਂ ਗੁਰੂ ਨੇ ਘਵਾਇਆ ਹੈ, ਨਾਮ ਦੇ ਧਨ ਉੱਤੇ ਆਪ ਜੀ ਨੂੰ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ, ਜਿੰਨੀ ਉਹਨੇ ਪਿੱਛੋਂ ਲਾਈਟ ਮਾਰੀ, ਜਿੰਨੀ ਉਹਨੇ ਪਿੱਛੋਂ ਸ਼ਕਤੀ ਦਿੱਤੀ,
ਇੱਕੋ ਹੀ ਫੋਕਸ ਰੱਖਿਆ ਹੈ, ਕਹੋ ਨਾਨਕ ਕੇ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਨਹੀਂ ਛੁਟਕਾਰਾ ਹੋਣਾ। ਧਾਗੇ ਲਿਆ, ਤਵੀਤ ਲਿਆ, ਪੱਥਰ ਦੀਆਂ ਮੁੰਦਰੀਆਂ ਪਾਇਆ, ਮੌਲੀਆਂ ਹੱਥਾਂ 'ਚ ਬੰਨਿਆ, ਮੜੀਆਂ 'ਤੇ ਮੱਥੇ ਟੇਕਿਆ, ਨਹੀਂ ਛੁਟਕਾਰਾ ਹੋਣਾ। ਵੀਰੀਓ ਭੈਰੋ ਸੁਣ ਲਓ, ਵੀਰੋ ਸੁਣ ਲਓ, ਛੁਟਕਾਰਾ ਤਾਂ ਹੋਣਾ ਹੈ ਜੇ ਤੁਸੀਂ ਰੱਬ ਦਾ ਨਾਮ ਜਪੋਗੇ। ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਸੁੱਖ ਨਹੀਂ ਬਹੁਤੇ ਤਨ ਖਾਟੇ, ਸੁੱਖ ਨਹੀਂ ਭੇਖੇ ਨਿਰਤ ਨਾਟੇ, ਸੁੱਖ ਨਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਮੇਰਾ ਸਤਿਗੁਰੂ ਕਿਰਪਾ ਕਰੇ, ਤੁਹਾਡੀ ਝੋਲੀ 'ਚ ਨਾਮ ਦਾ ਧਨ ਪਾਵੇ, ਤੁਹਾਨੂੰ ਉੱਚਾ ਸੁੱਚਾ ਜੀਵਨ ਬਖਸ਼ੇ। ਅਜਨਾਲੇ ਦਾ ਇਲਾਕਾ ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਇਆ ਨਾਲ ਹਰਿਆ ਭਰਿਆ ਹੋਵੇ। ਇੱਕ ਇੱਕ ਘਰ ਵਿੱਚ ਨਿਤਨੇਮ ਦੀਆਂ ਧੁਨੀਆਂ ਉੱਠਣ, ਇੱਕ ਇੱਕ ਮੇਰੀ ਧੀ ਸਿਮਰਨ ਕਰੇ, ਬੰਦਗੀ ਕਰੇ, ਤਾਂ ਕਿ ਅਸੀਂ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇਵਕ ਉਜਲੇ ਕੇਤੀ ਛੁੱਟੀ ਨਾਲ। ਆ ਜਿੰਨੀ ਮਾਇਆ ਤੁਸੀਂ ਦਿੱਤੀ ਮੈਨੂੰ, ਬਾਬਾ ਜੀ ਚਲੇ ਗਏ, ਬਾਬਾ ਜੀ ਚਲੇ ਗਏ, ਤੁਸੀਂ ਨਾਲ ਹੀ ਆਇਓ, ਆਹ ਲੈ ਲਓ ਸਾਰੀ। ਦਾਸ ਨੂੰ ਤਾਂ ਮਾਇਆ ਚਾਹੀਦੀ ਨਹੀਂ, ਤੁਹਾਡੀ ਸੀਸ ਚਾਹੀਦੀ, ਦੇ ਦਿਓ। ਅਰਦਾਸ ਕਰਿਓ ਗੁਰੂ ਅੱਗੇ, ਗੁਰੂ ਪ੍ਰਚਾਰ ਕਰਾਵੇ। ਜਿੰਨੀ ਮਾਇਆ ਇਹ ਹੈਗੀ ਹੈ, ਇਹ ਬਾਬਾ ਹਰਭਜਨ ਸਿੰਘ ਜੀ ਕੁੱਲੀ ਵਾਲੇ ਸੇਵਾ ਕਰਾਉਂਦੇ ਆ, ਉਹਨਾਂ ਨੂੰ ਦੇਤੀ ਹੈ। ਅਤੇ ਇਹਨਾਂ ਵੀਰਾਂ ਨੂੰ ਬੇਨਤੀ ਹੈ, ਰਜਿੰਦਰ ਸੋਹਣਾ ਨੂੰ, ਤੁਸੀਂ ਕੋਈ ਭੇਟਾ ਮੈਨੂੰ ਨਹੀਂ ਦੇਣੀ, ਭੇਟਾ ਇਹੋ ਹੀ ਆ, ਤੁਸੀਂ ਨਿਤਨੇਮ ਕਰਨ ਲੱਗ ਪਓ, ਸਿਮਰਨ ਕਰਨ ਲੱਗ ਪਓ, ਭੁੱਲਾਂ ਨਾ ਚ ਤਾਰਨੀਆਂ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।